ਮਾਂ ਭਾਬੀ ਦੇ ਪੇਕਿਆਂ ਨੇ ਕੀ ਰਾਇ ਕੀਤੀ ਫਿਰ? ਪੁੱਤ ਉਹਨਾਂ ਦੀ ਤਾਂ ਰਾਇ ਇਹੀ ਹੈ ਵੀ ਲੈ ਕੇ ਜਾਵਾਂਗੇ, ਇਹਦਾ ਕਿਤੇ ਹੋਰ ਕਰਾਂਗੇ। ਮੈਂ ਕਹਿ ਰੱਖਿਆ ਪੁੱਤ ਹੱਥ ਪੱਲਾ ਬੰਨ ਕੇ, ਮੈਂ ਆਖਿਆ ਕੋਈ ਨਾ ਹਲੇ ਨਾ ਲੈ ਕੇ ਜਾਓ, ਇੱਕ ਤਾਂ ਮੇਰਾ ਪੁੱਤ ਤੁਰ ਗਿਆ, ਜੇ ਤੁਸੀਂ ਇਹਨੂੰ ਵੀ ਲੈ ਗਏ ਮੇਰਾ ਤਾਂ ਜਮੀ ਘਰ ਖਾਲੀ ਹੋਜੂ। ਚੱਲ ਠੀਕ ਹੈ, ਜਿੰਨਾ ਚਿਰ ਤੁਹਾਨੂੰ ਕੋਈ ਗਾਹਾਂ ਨਹੀਂ ਰਿਸ਼ਤਾ ਥਿਆਉਂਦਾ ਉਨਾ ਚਿਰ ਛੱਡ ਦਿਓ, ਜਿੱਦੇ ਥਿਆ ਗਿਆ ਭਾਈ ਰਲ ਮਿਲ ਕੇ ਕਰ ਦਿਆਂਗੇ ਇਹਦਾ, ਹੋਰ ਕੋਈ ਹੱਲ ਵੀ ਹੈ ਹੀ ਨਹੀਂ ਪੁੱਤ। ਸਹੀ ਗੱਲ ਆ, ਫਿਰ ਕਿੰਨਾ ਕੁ ਚਿਰ ਆਪਾਂ ਵੀ ਬਿਠਾਵਾਂਗੇ ਵਿਚਾਰੀ ਦੀ ਭਰੀ ਜਵਾਨੀ ਆ। ਹਾਂ, ਆਪਣਾ ਤਾਂ ਚਾਹ ਰੱਬ ਵੈਰੀ ਬਣ ਗਿਆ, ਹੁਣ ਇਹਨੂੰ ਤਾਂ ਵਿਚਾਰੀ ਨੂੰ ਕਿਉਂ ਦੁਖੀ ਕਰਨਾ ਆਪਾਂ? ਸੱਚੀ ਗੱਲ ਆ ਪੁੱਤ, ਹੁਣ ਇਹਦੀ ਜ਼ਿੰਦਗੀ ਤਾਂ ਕਿਸੇ ਤਣ ਪੱਤਣ ਲਾਈਏ। ਸਹੀ ਗੱਲ ਆ, ਫਿਰ ਇਹਦਾ ਪਾਪ ਆਪਾਂ ਕਿੱਥੇ ਭਰਾਂਗੇ? ਘਰੇ ਵੀ ਕਿਹਦੇ ਸਿਰ 'ਤੇ ਬਿਠਾ ਕੇ ਰੱਖੀ, ਇਹਨੂੰ ਆਖਿਆ ਸੀ ਭਾਬੀ ਨੂੰ, ਇਹ ਨਹੀਂ ਗੱਲ ਸੁਣਦੀ ਹੈਗੀ। ਇਹ ਕਿੱਥੇ ਸੁਣਦੀ ਹੈ ਚੰਦਰੀ, ਜੇ ਸੁਣ ਲੈਂਦੀ ਮੈਂ ਕਿਉਂ ਤੋਰਦੀ ਆਪਦੇ ਘਰੋਂ। ਅੱਛਾ, ਫਿਰ ਮੈਂ ਵਗ ਜਾਂਦੀ ਹਾਂ ਮਾਂ। ਓਹੋ ਚੰਦਰੀਏ, ਮੈਂ ਤੈਨੂੰ ਐਂ ਨਹੀਂ ਕਹਿੰਦੀ ਵੀ ਤੂੰ ਵਗ ਜਾ, ਤੂੰ ਵੀ ਇੱਥੇ ਰਹਿ। ਪੁੱਤ ਭੈਣਾਂ ਭੈਣਾਂ ਕਿਹੜਾ ਕੱਟ ਨਹੀਂ ਲੈਂਦੀਆਂ, ਜੇ ਰਲ ਮਿਲ ਕੇ ਕੱਟ ਲਉਂਗੀਆਂ ਫਿਰ ਗੱਲ ਕਿੱਡੀ ਕੈ। ਨਾ ਮਾਂ, ਮੈਂ ਆਪਣੇ ਬੰਦੇ ਨਾਲ ਕਿਵੇਂ ਜਰੂੰਗੀ, ਹੈ ਹੱਦ ਕਰਦੇ ਹੋ ਤੁਸੀਂ ਫਿਰ ਉਹੀ। ਚੱਲ ਕੋਈ ਨਹੀਂ ਭਾਬੀ, ਉੱਚੀ ਨਾ ਬੋਲੋ, ਜਿਹੜੀ ਗੱਲ ਹੋ ਨਹੀਂ ਸਕਦੀ ਉਹਨੂੰ ਆਪਾਂ ਉੱਥੇ ਬੰਦ ਕਰਤਾ, ਮੈਂ ਤਾਂ ਊਂ ਇੱਕ ਸਵੈ ਕੇ ਗੱਲ ਆਖੀ ਹੈ। ਅਤੇ ਪਰ ਮੈਨੂੰ ਛੋਟੀ ਭਾਬੀ ਦੀਂਦੀ ਨਹੀਂ ਹੈ, ਕਿੱਥੇ ਹੈ? ਪਈ ਅੰਦਰ ਮਹਾਰਾਣੀ, ਉਹਨੇ ਕਿੱਥੇ ਜਾਣਾ ਹੈਗਾ? ਭਾਬੀ ਐਂ ਨਾ ਬੋਲਿਆ ਕਰ, ਕਿਹੜੀ ਵਿਚਾਰੀ ਮਹਾਰਾਣੀ ਰਹੇਗੀ, ਉਹਦੇ ਤਾਂ ਰੱਬ ਨੇ ਬਥੇਰਾ ਵੱਡਾ ਵਕਤ ਪਾਤਾ। ਅੱਛਾ, ਤੁਹਾਨੂੰ ਹੀ ਲੱਗਦਾ ਵਕਤ ਪਾਤਾ, ਫਿਰ ਇੱਥੇ ਤਾਂ ਉਹਨੂੰ ਦੁੱਖ ਜ਼ਿਆਦਾ ਆ ਜਾਂਦਾ ਹੈਗਾ, ਜਦੋਂ ਉਹਦੀ ਮਾਂ ਪਿਓ ਕਹਿੰਦੇ ਨੇ ਵੀ ਅਸੀਂ ਹੋਰ ਮੁੰਡਾ ਦੇਖਦੇ ਹਾਂ, ਉਦੋਂ ਨੂੰ ਉਹਨੇ ਦੁੱਖ ਜ਼ਿਆਦਾ ਆਉਂਦਾ ਹੈਗਾ। ਮੇਰੀ ਗੱਲ ਸੁਣੋ, ਹੁਣ ਮਾਂ ਪਿਓ ਨੇ ਤਾਂ ਉਹਦੇ ਨੇ ਕੋਈ ਭਾਈ ਹੁਣ ਦੇਖਣਾ ਹੀ ਆ ਟਿਕਾਣਾ ਉਹਦਾ, ਕੀ ਉਮਰ ਆ ਉਹਦੀ, ਭੋਰਾ ਭਰ ਤਾਂ ਉਹ ਹੈਗੀ ਹੈਗੀ। ਹੁਣ ਮੇਰੀ ਗੱਲ ਸੁਣ, ਇੱਥੇ ਕਿੰਨਾ ਕੁ ਚਿਰ ਕਿਹਦੇ ਸਿਰ 'ਤੇ ਬਿਠਾ ਕੇ ਰੱਖਾਂਗੇ? ਜੇ ਤਾਂ ਹੁਣ ਜਵਾਕ ਹੋਰ ਹੁੰਦਾ ਉਹਦੇ ਸਿਰ 'ਤੇ ਬਿਠਾ ਲੈਂਦੇ। ਤੂੰ ਭਾਬੀ ਹੱਦ ਕਰਦੀ ਆ, ਦੁੱਖ ਦਰਦ ਮਾੜਾ ਮੋਟਾ ਸਮਝਿਆ ਕਰ ਕਿਸੇ ਦਾ। ਸਮਝ ਹੀ ਰੱਖਿਆ ਦੁੱਖ ਦਰਦ, ਮੈਂ ਤਾਂ ਕਹਿ ਮਾਂ ਨੂੰ ਵੀ ਦੱਸ ਉਰੇ ਸਾਰਾ ਦਿਨ ਪਈ ਰਹਿੰਦੀ ਹੈ ਵੀ ਇਹਦੇ ਪੇਕੇ ਭੇਜ ਦਿਓ, ਹੁਣ ਉਰੇ ਬਿਠਾ ਕੇ ਦੱਸ ਕੀ ਕਰਨਾ ਜਦੋਂ ਉਹਦੇ ਮਾਂ ਪਿਓ ਨੇ ਕਰਨਾ ਹੀ ਉਹਦਾ। ਹਾਏ ਹਾਏ ਕੁੜੇ ਚੰਦਰੀਏ, ਬਿੰਦ ਚ ਕਹਿ ਦਿੰਦੀ ਆ ਉਹਦੇ ਪੇਕੇ ਭੇਜ ਦਿਓ। ਕੁੜੇ ਮੈਨੂੰ ਮੇਰੇ ਪੁੱਤ ਦੀ ਥਾਂ ਹੈ ਉਹ, ਐਂ ਨਾ ਕਿਹਾ ਕਰ ਹਾੜੇ, ਕੋਈ ਹੱਲ ਵੀ ਨਹੀਂ ਫਿਰ, ਉਹਦੇ ਮਾਂ ਪਿਓ ਨੇ ਤਾਂ ਉਹਦਾ ਹੋਰ ਕਿਤੇ ਕਰਨਾ ਹੀ ਹੈ, ਤੂੰ ਝੱਟ ਦੇਣੇ ਕਹਿਤਾ ਅਕੇ ਮਾਂ ਪਿਓ ਨੂੰ ਨਹੀਂ ਕਹਿੰਦੀ ਹੈ ਕਿ ਵੀ ਮੇਰਾ ਰਿਸ਼ਤਾ ਨਾ ਕਰੋ। ਆਪਦੇ ਘਰੇ ਕੋਈ ਹੋਰ ਹੁੰਦਾ ਛੋਟਾ ਮੋਟਾ ਮੈਂ ਰੱਖ ਲੈਂਦੀ, ਮੈਂ ਕਿਉਂ ਤੋਰਦੀ? ਨਾਲੇ ਮੇਰੀ ਗੱਲ ਸੁਣ, ਦੋ ਚਾਰ ਮਹੀਨੇ ਨਾਲ ਕੀ ਹੋ ਜਾਊਗਾ, ਜਿੰਨੇ ਕੁ ਦਿਨ ਹੈਗੀ ਹੈ ਚੱਲ ਵਿਚਾਰੀ ਨੂੰ ਕੋਈ ਨਹੀਂ, ਆਉਣੀ ਜਾਣੀ ਤਾਂ ਆਖਰ ਇਸ ਘਰ ਦਾ ਮੈਂਬਰ ਸੀ ਉਹ, ਫਿਰ ਕੀ ਗੱਲ ਹੈਗੀ, ਤੂੰ ਤਾਂ ਉਹੀ ਮਗਰ ਪਈ ਪਈ ਹੈਗੀ, ਦੁੱਖ ਆ ਵਿਚਾਰੀ ਨੂੰ। ਆਹੋ ਪਤਾ ਹੀ ਹੈ ਮੈਨੂੰ ਦੁੱਖ ਤਾਂ ਹੈਗਾ ਗਾ, ਫਿਰ ਹੁਣ ਰੱਬ ਅੱਗੇ ਕਿਹਦਾ ਜ਼ੋਰ ਚੱਲਦਾ ਹੈਗਾ, ਜਿਹਦੀ ਸੀਗੀ ਜਿੰਨੀ ਭੁਗਤ ਗਿਆ ਉਹ। ਚੱਲ ਮੇਰੇ ਭਾਅ ਦੀ ਇਹ ਖੇਡ ਹੈ, ਜਿਹਦੇ ਮਰ ਜਾਂਦੇ ਆ ਨਾ ਦੁੱਖ ਤਾਂ ਉਹਨਾਂ ਨੂੰ ਹੁੰਦਾ ਗਾ, ਦੁੱਖ ਤਾਂ ਭਾਬੀ ਸਾਨੂੰ ਪੁੱਛ ਕੇ ਦੇ, ਮਰ ਗਏ ਕਦੇ ਜ਼ਿੰਦਗੀ 'ਚ ਭੁੱਲੇ ਨਹੀਂ ਜਾਂਦੇ, ਨਾ ਕਦੇ ਉਹ ਪੁਰਾਣੇ ਹੋਣ। ਨਹੀਂ ਮੈਨੂੰ ਪਤਾ ਹੈਗਾ ਵੀ ਮਰ ਗਿਆਂ ਦਾ ਦੁੱਖ ਬਥੇਰਾ ਹੁੰਦਾ, ਫਿਰ ਹੁਣ ਰੱਬ ਅੱਗੇ ਕਿਹਦਾ ਜ਼ੋਰ ਚੱਲਦਾ ਹੈਗਾ, ਦੁੱਖ ਤਾਂ ਸਾਨੂੰ ਵੀ ਹੈ, ਹੁਣ ਸਾਨੂੰ ਕਿਹੜਾ ਹੈ ਨੀਗਾ, ਮੇਰਾ ਵੀ ਤਾਂ ਦਿਓਰ ਸੀ ਉਹ। ਤੇਰਾ ਤਾਂ ਪੁੱਤ ਦਿਓਰ ਸੀ, ਇਹਦਾ ਭਾਈ ਸੀ ਇਹਨੂੰ ਦੁੱਖ ਹੈ, ਮੇਰਾ ਪੁੱਤ ਸੀ ਮੈਨੂੰ ਦੁੱਖ ਹੈ, ਉਹਦਾ ਬੰਦਾ ਸੀ ਉਹਨੂੰ ਦੁੱਖ ਹੈ। ਪੁੱਤ ਸਾਨੂੰ ਤਿੰਨ ਜਾਣੀਆਂ ਨੂੰ ਵੱਧ ਤੋਂ ਵੱਧ ਦੁੱਖ ਹੈ। ਨਾਲੇ ਤੈਨੂੰ ਮੈਂ ਇੱਕ ਗੱਲ ਹੋਰ ਕਹਿਨੀ ਆ ਧੀਏ, ਖਾਨੀ ਕਿੰਨਾ ਕੁ ਚਿਰ ਆਪਣੇ ਕੋਲ, ਉਹ ਬਾਹਲਾ ਚਿਰ ਨਹੀਂ ਹੈਗੀ, ਉਹਦੇ ਮਾਂ ਪਿਓ ਦੇਖਦੇ ਫਿਰਦੇ ਨੇ ਲੈ ਜਾਣਗੇ, ਉਹਨਾਂ ਕੁ ਚਿਰ ਮੇਰੀ ਧੀ ਆ ਸੁਰਖੀ ਪਾਊਡਰ ਨਾ ਲਾਇਆ ਕਰ, ਨਾ ਸੋਹਣਾ ਕੱਪੜਾ ਲੀੜਾ ਪਾਇਆ ਕਰ, ਮਾੜਾ ਜਿਹਾ ਪੁੱਤ ਪੁਰਾਣਾ ਪਾ ਲਿਆ ਕਰ, ਐਵੇਂ ਉਹਦਾ ਕਾਲਜਾ ਮੱਚਦਾ ਫਿਰ ਮੇਰਾ ਵੀ ਦਿਲ ਦੁਖੀ ਹੁੰਦਾ। ਕੀ ਗੱਲ ਮਾਂ, ਹੁਣ ਨਾ ਧੋ ਕੇ ਕੱਪੜਾ ਲੀੜਾ ਵੀ ਨਾ ਪਾਈਏ, ਸਾਰਾ ਕੁਛ ਹੀ ਛੱਡ ਦਈਏ। ਮੈਂ ਤੁਹਾਨੂੰ ਵੀ ਕਿਹਾ ਬਾਹਲਾ ਨਾ ਚੇਤੇ ਕਰਿਆ ਕਰੋ, ਮਰਿਆ ਨਾ ਕਿਸੇ ਦਾ ਸਕਾ ਨਹੀਂ ਹੁੰਦਾ ਹੈਗਾ। ਨਹੀਂ ਦੇਖ ਲੈ, ਇਹ ਤਾਂ ਐਂ ਕਹਿ ਦਿੰਦੀ ਹੈ, ਮੈਂ ਮੰਨਦੀ ਹਾਂ ਵੀ ਮਰਿਆ ਕਿਸੇ ਦਾ ਸਕਾ ਨਹੀਂ ਹੁੰਦਾ,
ਪਰ ਅੱਗ ਲਾਉਣਾ ਜਿਹੜਾ ਅੰਦਰਾਂ ਦਾ ਬਲੇਜ ਹੈ ਇਹ ਬਹੁਤ ਔਖਾ ਹੈ। ਤੂੰ ਨਹੀਂ ਸਮਝ ਸਕਦੀ ਮਾਂ, ਤੂੰ ਦਿਲ ਦੁਖੀ ਮਾਂ ਨੂੰ ਪਤਾ ਕਿਉਂ ਭਾਵੇਂ ਦਿਲ ਤੇ ਸੱਟ ਮਾਰਦੀ ਹੁੰਦੀ ਆ। ਸਾਡਾ ਸਕਾ ਸੀ, ਸਾਡਾ ਤਾਂ ਸਕਾ ਹੀ ਰਹੂਗਾ, ਮੌਤ ਤੋਂ ਬਾਅਦ ਵੀ ਉਹ ਸਾਡਾ ਸਕਾ ਹੈ। ਮੇਰੀ ਗੱਲ ਸੁਣ ਲੈ ਆਮਣਾ, ਉਹ ਗੱਲਾਂ ਨੂੰ ਹੁਣ 6 ਮਹੀਨੇ ਹੋ ਜਾਓ, ਹੁਣ ਜੇ ਭੁੱਲੋਗੇ ਤਾਂ ਹੀ ਅੱਗੇ ਵਧੋਗੀਆਂ, ਮਹਾਂ ਤਾਂ ਰੋਜ਼ ਹੀ ਰੋਣੇ ਲੈ ਕੇ ਬਹਿ ਜਾਂਦੀ ਹੈ ਫਿਰ ਹੁਣ। ਚੱਲ ਕੋਈ ਨਹੀਂ ਭਾਬੀ, ਇੱਥੋਂ ਨਹੀਂ ਰੋਣੇ ਜਰੇ ਜਾਂਦੇ, ਤੂੰ ਉੱਠ ਕੇ ਵਗ ਜਾ। ਇੰਨੇ ਸੌਖੇ ਨਹੀਂ ਹੁੰਦੇ ਪੁੱਤ, ਮੂਹਰੋਂ ਧੀਆਂ ਪੁੱਤ ਜਦੋਂ ਤੋਰ ਦੀਏ ਮਾਂ ਪਿਓ ਬੈਠੇ ਹੋਣ, ਉਹ ਭੁੱਲਣੇ ਸੌਖੇ ਨਹੀਂ ਹੁੰਦੇ, ਉਹ ਬੁਢੇਪੇ ਵੇਲੇ ਤੱਕ ਸਾਹਾਂ ਨਾਲ ਰੜਕਦੇ ਨੇ। ਚੱਲ ਕੋਈ ਨਹੀਂ ਮਾਂ, ਤੂੰ ਚੁੱਪ ਕਰ ਜਾ, ਮੈਂ ਦੇਖ ਰਹੀ ਅੰਦਰ ਭਾਬੀ ਕੋਲੇ ਜਾ ਕੇ ਆਉਣੀ। ਵਗ ਜਾ ਪੁੱਤ, ਜਾ ਆ, ਚਾਹ ਦੀ ਘੁੱਟ ਬਣਾ ਲਾ, ਸਾਰੇ ਪੀ ਲੈਣਗੇ, ਬਰਾਬਰ ਚੜ੍ਹ ਕੇ ਨਾ ਬੈਠਿਆ ਕਰ ਸਾਰੇ ਬੰਦਿਆਂ ਨੇ, ਜੇ ਤੈਨੂੰ ਕੋਈ ਗੱਲ ਕਹਿ ਦੇ ਤਾਂ ਮੂੰਹ ਮੋਟਾ ਕਰ ਲੈਂਦੀ ਹਾਂ। ਮਾਂ, ਰੱਬ ਨੇ ਇੱਕ ਚੱਜ ਦਾ ਦਿੱਤਾ ਸੀ, ਉਹ ਰੱਬ ਨੇ ਖੋਲਿਆ। ਇਹ ਵਿਚਾਰੀ ਚੰਗੀ ਸੀ ਛੋਟੀ ਭਾਬੀ, ਇਹ ਵੀ ਘਰੋਂ ਤੁਰ ਜੂਗੀ। ਇਹ ਹੈਗੀ, ਇਹ ਕਿਸੇ ਦਾ ਦੁੱਖ ਨਹੀਂ ਸਮਝਦੀ, ਪਤਾ ਨਹੀਂ ਇਸ ਘਰ ਦਾ ਬਣੂਗਾ ਕੀ। ਇਹ ਤਾਂ ਪੁੱਤ ਜਮਾਂ ਨਹੀਂ ਸਮਝਦੀ ਕਿਸੇ ਦਾ ਦੁੱਖ, ਸੰਗਾ ਤਾੜ ਦਿੰਦੀ ਹੈ, ਕੀ ਕਰਾਂ ਮੈਂ ਤਾਂ ਅੰਦਰ ਵੜ ਕੇ ਰੋ ਲੈਂਦੀ ਹਾਂ, ਇਹਦੇ ਸਾਹਮਣੇ ਰੋਂਦੀ ਵੀ ਨਹੀਂ ਹੈਗੀ, ਧੀਏ ਤਾੜਦੀ ਹੈ ਫਿਰ ਮੈਨੂੰ। ਚੱਲ ਕੋਈ ਨਹੀਂ ਮਾਂ, ਚੁੱਪ ਕਰ ਜਾ, ਵਾਹਿਗੁਰੂ ਅੱਗੇ ਕਿਸੇ ਦਾ ਜ਼ੋਰ ਚੱਲਦਾ ਨਹੀਂ। ਭਾਬੀ ਕਿਵੇਂ, ਅੰਦਰ ਹੀ ਬੈਠੀ ਹਾਂ? ਉਈ ਬਸ, ਉਈ ਬਸ ਨਹੀਂ, ਮਾੜਾ ਮੋਟਾ ਨਾ ਬਾਹਰ ਆ ਜਾਇਆ ਕਰ, ਬੰਦੇ ਦਾ ਦਿਲ ਲੱਗ ਜਾਂਦਾ ਗਾ, ਸਾਰਾ ਦਿਨ ਉਹੀ ਗੱਲਾਂ ਸੋਚ ਸੋਚ ਅੰਦਰ ਹੀ ਅੰਦਰ ਝੁਰੀ ਜਾਂਦੀ ਹੈ ਤੂੰ। ਦਿਲ ਤਾਂ ਹੁਣ ਭੈਣੇ ਮੇਰਾ ਕਿਤੇ ਨਹੀਂ ਲੱਗਦਾ, ਬਸ ਕਮਰੇ 'ਚ ਬੈਠ ਕੇ ਨਾ ਆਪਦੇ ਆਪ ਨੂੰ ਨਾ ਤਸੱਲੀ ਜਿਹੀ ਦਿੰਦੀ ਰਹਿੰਦੀ ਹਾਂ। ਬਾਹਰ ਐਵੇਂ ਜਾ ਕੇ ਤੁਹਾਡੀਆਂ ਗੱਲਾਂ 'ਚ ਬੈਠਦੀ ਹਾਂ, ਤੁਹਾਡੀਆਂ ਗੱਲਾਂ ਸੁਣਦੀ ਹਾਂ, ਮੇਰੇ ਕਰਕੇ ਤੁਹਾਡਾ ਵੀ ਮੂਡ ਖਰਾਬ ਹੁੰਦਾ। ਲੈ ਆ ਕੇ ਤੁਹਾਡਾ ਵੀ ਮੂਡ ਖਰਾਬ ਹੁੰਦਾ, ਬਣਦੀ ਹਾਂ ਮੈਂ, ਬਹੁਤ ਦੁੱਖ ਹੈ, ਸਾਨੂੰ ਵੀ ਬਥੇਰਾ ਦੁੱਖ ਹੈ, ਸਾਡਾ ਭਰਾ ਸੀਗਾ, ਪਰ ਜੇ ਆਪਾਂ ਉਹੀ ਗੱਲਾਂ ਸੋਚੀ ਜਾਵਾਂਗੇ ਤਾਂ ਆਪਾਂ ਜ਼ਿੰਦਗੀ 'ਚ ਅੱਗੇ ਨਹੀਂ ਵਧ ਸਕਣਾ। ਸ਼ਾਇਦ ਭੈਣੇ ਮੈਂ ਅੱਗੇ ਵਧਣਾ ਹੀ ਨਹੀਂ ਹੈਗਾ, ਮੈਂ ਤੇਰੇ ਵੀਰੇ ਦੀਆਂ ਯਾਦਾਂ ਸਹਾਰੇ ਆਪਦੀ ਸਾਰੀ ਜ਼ਿੰਦਗੀ ਕੱਟ ਲਓ, ਮੈਨੂੰ ਹੁਣ ਕਿਸੇ ਦੀ ਲੋੜ ਨਹੀਂ। ਗੱਲਾਂ ਕਰਨੀਆਂ ਅਤੇ ਗੱਲਾਂ ਭੋਗਣੀਆਂ ਬਹੁਤ ਔਖੀਆਂ ਹੁੰਦੀਆਂ ਨੇ, ਇਹ ਜ਼ਿੰਦਗੀਆਂ ਨੇ ਜਿਹੜੀ ਬਹੁਤ ਲੰਬੀ ਹੈ, ਇਹ ਕੋਈ 4 ਦਿਨਾਂ ਦੀ ਖੇਡ ਨਹੀਂ ਹੈਗੀ। ਜੋ ਤੇਰੇ ਮਾਂ ਪਿਓ ਸੋਚਦੇ ਆ ਨਾ, ਉਹ ਚੰਗੇ ਹੀ ਸੋਚਦੇ ਹੁੰਦੇ ਆਪਦੇ ਧੀ ਪੁੱਤ ਵਾਸਤੇ। ਮੇਰੀ ਮਾਂ ਨਾਲ ਗੱਲ ਹੋਈ ਸੀ, ਉਹਨੇ ਮੈਨੂੰ ਸਾਰੀ ਗੱਲ ਦੱਸੀ ਹੈਗੀ, ਮੰਨਦੇ ਹਾਂ ਤੇਰੀਆਂ ਇਸ ਘਰ ਨਾਲ ਵੀ ਬਹੁਤ ਯਾਦਾਂ ਜੁੜੀਆਂ, ਸਾਡੀਆਂ ਵੀ ਤੇਰੇ ਨਾਲ ਬਹੁਤ ਯਾਦਾਂ ਜੁੜੀਆਂ ਨੇ, ਅਸੀਂ ਵੀ ਤੈਨੂੰ ਨਹੀਂ ਭੁੱਲ ਸਕਦੇ, ਕਿਉਂ ਇੱਕ ਤਾਂ ਵੀਰੇ ਦਾ ਦੁੱਖ ਹੈ, ਇਸ ਘਰ ਦੇ ਵਿੱਚੋਂ ਇੱਕ ਨਹੀਂ ਦੋ ਜਾਣੇ ਜਾ ਰਹੇ ਹੋ, ਮੈਨੂੰ ਪਤਾ ਵੀ ਮਾਂ ਦਾ ਕਿੰਨਾ ਬੁਰਾ ਹਾਲ ਹੈ, ਇੰਨਾ ਦੁੱਖ ਤਾਂ ਮਾਂ ਨੂੰ ਉਦੋਂ ਨਹੀਂ ਹੋਇਆ ਸੀ ਜਦੋਂ ਰੱਬ ਨੇ ਸਾਡਾ ਬਾਪੂ ਖੋਇਆ ਸੀ, ਪਰ ਅੱਜ ਤਾਂ ਅਸੀਂ ਅੰਦਰ ਤੱਕ ਟੁੱਟੀਆਂ ਪਈਆਂ ਮਾਵਾਂ ਦੀਆਂ। ਭੈਣੇ ਸਿਰਫ ਤੁਸੀਂ ਦੋਨੋਂ ਨਹੀਂ, ਮੈਂ ਵੀ ਓਨੀ ਟੁੱਟੀ ਹਾਂ, ਅਤੇ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਵੀ ਮੈਂ ਇਹ ਘਰ ਛੱਡ ਕੇ ਜਾਊਂਗੀ ਨਾ ਤਾਂ ਤੇਰੇ ਵੀਰੇ ਦੀ ਇੱਕ ਇੱਕ ਯਾਦ ਮੇਰੇ ਤੋਂ ਛੱਡੀ ਜਾਊਗੀ, ਅਤੇ ਮੈਂ ਉਹਦੀ ਯਾਦ ਨਹੀਂ ਛੱਡ ਸਕਦੀ, ਮੈਂ ਸਾਰੀ ਉਮਰ ਨਾ ਇਸ ਘਰ 'ਚ ਇਸ ਕਮਰੇ 'ਚ ਗੁਜ਼ਾਰ ਲੂੰਗੀ। ਨਾਲੇ ਤੁਸੀਂ ਇਹ ਕਿਉਂ ਸੋਚਦੇ ਹੋ ਵੀ ਮੈਂ ਸਿਰਫ ਤੁਹਾਡੇ ਵੀਰੇ ਤੱਕ ਹੀ ਸੀਮਤ ਸੀ, ਕਿਉਂ ਮੇਰਾ ਤੁਹਾਡੇ ਨਾਲ ਕੋਈ ਰਿਸ਼ਤਾ ਨਹੀਂ? ਸਾਡੇ ਨਾਲ ਰਿਸ਼ਤਾ ਹੈਗਾ ਫਿਰ ਕਿਹੜਾ, ਜੇ ਤੇਰੇ ਪੇਕੇ ਕਿਤੇ ਤੇਰਾ ਹੋਰ ਕਰ ਦੇਣਗੇ ਫਿਰ ਕਿਹੜਾ ਸਾਡੇ ਨਾਲ ਰਿਸ਼ਤਾ ਟੁੱਟ ਜੂਗਾ, ਇਹ ਘਰ ਦੇ ਦਰਵਾਜ਼ੇ ਤਾਂ ਤੇਰੇ ਵਾਸਤੇ ਹਮੇਸ਼ਾ ਨਹੀਂ ਖੁੱਲ੍ਹੇ ਨੇ, ਮੈਂ ਤਾਂ ਹੀ ਤੈਨੂੰ ਕਹਿਣੀ ਹੈ ਤੂੰ ਅੰਦਰ ਵੜ ਕੇ ਨਾ ਰਿਹਾ ਕਰ। ਬਸ ਭੈਣੇ ਤੂੰ ਆਪ ਕਹਿੰਦੀ ਹੈ ਨਾ ਜੇ ਘਰ ਦੇ ਦਰਵਾਜ਼ੇ ਮੇਰੇ ਲਈ ਹਮੇਸ਼ਾ ਲਈ ਖੁੱਲ੍ਹੇ ਨੇ ਤਾਂ ਮੈਂ ਇਸ ਘਰ 'ਚੋਂ ਨਹੀਂ ਜਾਣਾ ਚਾਹੁੰਦੀ। ਦੇਖ ਮੇਰੀ ਗੱਲ ਸੁਣ ਭੈਣੇ, ਮੈਂ ਮਾਂ ਕੋਲ ਜਦੋਂ ਵੀ ਇਹ ਗੱਲ ਕਰਦੀ ਹਾਂ ਉਹ ਰੋਣ ਲੱਗ ਜਾਂਦੀ ਹੈ, ਅਤੇ ਜੇ ਮੇਰੀ ਆਪਦੀ ਮਾਂ ਦਾ ਫੋਨ ਆਉਂਦਾ
ਅਤੇ ਬਾਪੂ ਅਤੇ ਮਾਂ ਕੋਲ ਇੱਕੋ ਹੀ ਗੱਲ ਹੁੰਦੀ ਹੈ ਵੀ ਤੇਰੀ ਉਮਰ ਛੋਟੀ ਹੈ, ਤੇਰਾ ਕਿਤੇ ਹੋਰ ਕਰ ਦਿੰਦੇ ਹਾਂ। ਭੈਣੇ ਤੂੰ ਸਿਆਣੀ ਹੈ, ਸਮਝਦਾਰ ਹੈ, ਤੂੰ ਇੱਕ ਵਾਰੀ ਮੇਰੇ ਬਾਪੂ ਨਾਲ ਗੱਲ ਕਰਕੇ ਵੇਖ, ਉਹਨਾਂ ਨੂੰ ਕਹਿ ਦੇ ਵੀ ਇਹਨੇ ਕਿਤੇ ਹੋਰ ਵਿਆਹ ਨਹੀਂ ਕਰਾਉਣਾ, ਨਾਲੇ ਕੀ ਪਤਾ ਅਗਲਾ ਕਿਹੋ ਜਿਹਾ ਹੋਊਗਾ। ਬਸ ਭੈਣੇ ਮੈਂ ਹੋਰ ਨਹੀਂ ਬਰਦਾਸ਼ਤ ਕਰ ਸਕਦੀ। ਚੱਲ ਕੋਈ ਗੱਲ ਨਹੀਂ, ਜਦੋਂ ਮਾਸੜ ਜੀ ਆਉਣਗੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ। ਸਾਡਾ ਕਿਹੜਾ ਦਿਲ ਕਰਦਾ ਤੈਨੂੰ ਤੋਰਨ ਨੂੰ, ਦਿਲ 'ਤੇ ਪੱਥਰ ਰੱਖ ਕੇ ਇਹ ਗੱਲਾਂ ਬੋਲਦੀ ਹਾਂ ਮੈਂ। ਚੱਲ ਚੰਗਾ, ਜੇ ਤੂੰ ਆਪਦੀ ਗੱਲ ਮਨਾਉਣੀ ਹੈ ਨਾ ਤਾਂ ਮੇਰੀ ਵੀ ਗੱਲ ਮੰਨ, ਖੜੀ ਹੋ ਕੇ ਆ ਜਾ, ਬਾਹਰ ਆ ਜਾ ਹੁਣ। ਨਾ ਭੈਣੇ ਆ ਜਾ, ਭਾਬੀ ਬਣ ਕੇ ਤੈਨੂੰ ਮੇਰੀ ਸੌਣ ਲੱਗੀ, ਜੇ ਸਾਨੂੰ ਪਿਆਰ ਕਰਦੀ ਹੈ ਨਾ ਤਾਂ ਬਾਹਰੇ ਆ ਜਾ। ਉਹ ਗੱਲ ਨਹੀਂ ਹੈਗੀ ਭੈਣੇ, ਤੈਨੂੰ ਵੱਡੀ ਭੈਣ ਦਾ ਪਤਾ, ਫਿਰ ਮੈਨੂੰ ਐਂ ਲੱਗਦਾ ਵੀ ਮੇਰੇ ਕਰਕੇ ਉਹ ਵੀ ਦੁਖੀ ਜਿਹੀ ਹੋ ਜਾਂਦੀ ਆ। ਕੋਈ ਗੱਲ ਨਹੀਂ, ਫਿਰ ਹੁਣ ਵੱਡੀ ਭੈਣ ਦਾ ਕਿਹੜਾ ਇਕੱਲੀ ਦਾ ਘਰ ਹੈ, ਤੇਰਾ ਵੀ ਘਰ ਹੈ ਇਹ, ਉਹਦਾ ਤਾਂ ਸੁਭਾਅ ਹੀ ਬਣਿਆ ਹੋਇਆ ਪਹਿਲੇ ਦਿਨ, ਉਹਨੂੰ ਤਾਂ ਆਦਤ ਹੈ ਬੋਲਣ ਦੀ, ਨਾਲੇ ਉਹਦੀਆਂ ਗੱਲਾਂ ਦਾ ਤਾਂ ਕੀ ਗੁੱਸਾ ਕਰਨਾ, ਜਠਾਣੀ ਤਾਂ ਹੁੰਦੀ ਮਿਹਣੇ ਦੇਣ ਨੂੰ ਆ, ਕੋਈ ਗੱਲ ਨਹੀਂ, ਦਰਾਣੀ ਜਠਾਣੀ ਦੀ ਤਾਂ ਗੱਲ ਹੁੰਦੀ ਰਹਿੰਦੀ ਹੈ, ਜੇ ਤੈਨੂੰ ਅਸੀਂ ਕੁਛ ਕਹਿੰਦੇ ਹਾਂ ਫਿਰ ਮੰਨੇ, ਫਿਰ ਇਹਦਾ ਮਤਲਬ ਇਹ ਤਾਂ ਨਹੀਂ ਜਿੰਨਾ ਸਮਾਂ ਤੂੰ ਇਸ ਘਰ ਦੇ ਵਿੱਚ ਹੈ ਅਤੇ ਫਿਰ ਉਹ ਤੋਂ ਡਰ ਕੇ ਤੂੰ ਅੰਦਰ ਹੀ ਬੈਠੀ ਰਹੇਗੀ, ਕਹਿਣੀ ਤਾਂ ਤੂੰ ਇਹ ਗੱਲਾਂ ਵੀ ਮੈਂ ਸਾਰੀ ਉਮਰ ਇਸ ਘਰ 'ਚ ਕੱਢ ਲੂੰਗੀ, ਫਿਰ ਕਮਰੇ 'ਚ ਵੜ ਕੇ ਤਾਂ ਨਹੀਂ ਸਾਰੀ ਉਮਰ ਕੱਢੀ ਜਾਣੀ, ਆਪਾਂ ਨੂੰ ਸਾਰੇ ਬੰਦਿਆਂ ਦਾ ਫਿਰ ਸਾਹਮਣਾ ਕਰਕੇ ਇਸ ਘਰ 'ਚ ਰਹਿ ਸਕਦੇ ਹਾਂ। ਉਹ ਤਾਂ ਕੋਈ ਗੱਲ ਨਹੀਂ ਭੈਣੇ, ਮੈਨੂੰ ਐਂ ਜੇ ਸੀ ਬਸ। ਕੁਛ ਨਹੀਂ, ਬਸ ਆ ਜਾ ਖੜੀ ਹੋ ਕੇ, ਬਾਹਰੇ ਆ ਜਾ, ਚੱਲ ਆ ਜਾ ਭਾਬੀ ਬਣ ਕੇ। ਬਣੀ ਨਹੀਂ ਚਾਹ ਉਹਦੀ ਅਜੇ, ਉਹ ਆਉਂਦੀ ਹੈ ਲਈ, ਬਣ ਗਈ ਬਣ ਗਈ ਚਾਹ, ਕਿਉਂ ਨਹੀਂ ਬਣੀ ਹੈਗੀ, ਲੈ ਫੜ ਲੈ ਫੜ। ਮੈਂ ਪੀਣੀ ਨਹੀਂ ਭੈਣੇ। ਪੀ ਲੈ ਚਾਹ, ਖਾਧੇ ਪਿੱਤੇ ਬਿਨਾਂ ਕਿੱਥੇ ਸਰਦਾ ਹੈਗਾ, ਲੈ ਫੜ। ਪੀ ਲੈ ਭਾਬੀ, ਚਾਹ ਪਾਣੀ ਤਾਂ ਹੁਣ ਪੀਣਾ ਹੀ ਹੈਗਾ, ਚਾਹ ਪਾਣੀ ਛੱਡਿਆ ਕਿਹੜਾ ਕੁਛ ਬਣ ਜੂਗਾ। ਨਾਲੇ ਜਦੋਂ ਚਾਹ ਪਾਣੀ ਪੀਣਾ ਹੋਵੇ ਉਦੋਂ ਤਾਂ ਇਹਨੂੰ ਯਾਦ ਆਉਂਦੀ ਨਹੀਂ ਹੈਗੀ, ਜਦੋਂ ਕੰਮ ਕਰਨਾ ਹੋਵੇ ਉਹਦੀ ਯਾਦ ਆਉਂਦੀ ਹੈ ਤਾਂ। ਕੁੜੇ ਐਂ ਕਾਹਨੂੰ ਕਰਦੀ ਹੁੰਦੀ ਹੈ, ਸਾਰਾ ਦਿਨ ਤਾਂ ਉਹ ਵੀ ਗੱਲਾਂ ਨਾ ਕਰਿਆ ਕਰ, ਕਿੰਨਾ ਕੁ ਚਿਰ ਇਹ ਆਪਣੇ ਕੋਲ ਹੈ, ਫਿਰ ਡਰਾਮੇ ਜੇ ਤਾਂ ਨਾ ਕਰਿਆ ਕਰੇ। ਮੈਂ ਪੀਣੀ ਨਹੀਂ, ਖਾਧੇ ਪੀਤੇ ਬਿਨਾਂ ਕਿਤੇ ਸਰਦਾ ਹੈਗਾ, ਆਹ ਹੁਣ 6 ਮਹੀਨਿਆਂ ਦੀ ਬਿਨਾਂ ਖਾਧੇ ਪੀਤੇ ਫਿਰਦੀ ਹੈ। ਉਹ ਅੱਗ ਲਾਉਣਾ ਇਹ ਜਿਹੜਾ ਢਿੱਡ ਲਾਇਆ ਰੱਬ ਨੇ, ਇਹ ਤਾਂ ਮੰਗਦਾ ਵੀਰ ਖਾਣ ਪੀਣ ਨੂੰ, ਮਰਿਆ ਨਹੀਂ ਜਾਂਦਾ ਮਾਏ ਮਾਂ, ਮੈਂ ਨਹੀਂ ਸਾਰ ਸਕਦੀ, ਮੈਂ ਖਾਂਦੀ ਪੀਂਦੀ ਹਾਂ ਵੀਰ। ਫਿਰ ਜਿਨ੍ਹਾਂ ਨੇ ਮਰ ਜਾਂਦੇ ਨੇ ਫਿਰ ਉਹ ਕੰਮ ਨਹੀਂ ਕਰਦੇ, ਆਪਾਂ ਕੀ ਕੰਮ ਨਹੀਂ ਕਰਦੇ ਹੈਗੇ, ਇਹਨੂੰ ਜਮਾ ਹੀ ਨਹੀਂ ਹੈਗੀ ਵੀ ਬਾਹਰ ਕੋਈ ਕੰਮ ਕਰਾ ਲਾ। ਕੋਈ ਨਾ ਲੈਦੀ ਹੋਈ ਯਾਦ ਆਉਂਦੀ ਹੈ ਇਹਨੂੰ। ਭਾਬੀ ਐਡੇ ਪੱਥਰ ਦਿਲ ਨਾ ਬਣ, ਕਿਉਂ ਐਂ ਤੂੰ ਕਰੀ ਜਾਂਦੀ ਹੁੰਦੀ ਹੈ, ਜਿਵੇਂ ਤੈਨੂੰ ਕਿਸੇ ਗੱਲ ਦਾ ਦੁੱਖ ਹੀ ਨਹੀਂ ਹੁੰਦਾ, ਸਭ ਤੋਂ ਜ਼ਿਆਦਾ ਦੁੱਖ ਤਾਂ ਤੈਨੂੰ ਹੋਣਾ ਚਾਹੀਦਾ ਸੀ, ਸਾਰਾ ਦਿਨ ਬਾਈ ਤੇਰੇ ਨਾਲ ਚੌੜ ਕਰਦਾ ਫਿਰਦਾ ਰਹਿੰਦਾ ਸੀ, ਤੂੰ ਉਦੇ ਦੀ ਸੌਂਕਾ ਚਾਂਬੜਾ ਹੀ ਪਾਉਂਦੀ ਫਿਰਦੀ ਹੈ, ਜਿਵੇਂ ਮਰੇ ਹੀ ਭਾਲਦੀ ਸੀ ਉਹਨੂੰ। ਨਾ ਤੂੰ ਤੀਜੇ ਦਿਨ ਸਾਨੂੰ ਆਹੀ ਕੁਛ ਦੱਸਣ ਆਉਂਦੀ ਹੁੰਦੀ ਹੈਗੀ, ਆਪਦੇ ਘਰੇ ਵੀ ਰਹਿ ਲਿਆ ਕਰ, ਤੀਜੇ ਦਿਨ ਆ ਜਾਂਦੀ ਹੈ ਪਾਠ ਪੜ੍ਹਾਉਣ, ਐਂ ਕਰ ਲਿਆ ਕਰੋ, ਵਾਹ ਕਰ ਲਿਆ ਕਰੋ, ਸਾਨੂੰ ਪਤਾ ਹੈਗਾ ਸਾਡਾ ਵੀ ਮਰਿਆ ਹੈਗਾ, ਤੇਰਾ ਇਕੱਲੇ ਦਾ ਪੜ੍ਹਾਉਣ। ਕਾਹਤੋਂ ਬੋਲਦੀ ਹੈ, ਹੈ ਚੰਦਰੀਏ, ਹੈ ਕੁੜੀ ਨੂੰ ਦੋ ਦਿਨ ਆਈ ਨੂੰ ਤੂੰ, ਹੈ ਜੇ ਕੋਈ ਦੁੱਖ ਸੁੱਖ ਸੁਣਨ ਆ ਜਾਂਦੀ ਹੈ ਚੰਦਰੇ ਮੂੰਹ ਵਾਲੀਏ, ਐਂ ਨਹੀਂ ਬੋਲੀ ਦਾ ਹੁੰਦਾ, ਕਿੰਨੇ ਕੁ ਦਿਨ ਹੈ, ਪਰਾਇਆ ਤਾਂ ਨਾ ਪਰਾਏ ਘਰੇ ਬਾਗੀ, ਉੱਥੇ ਇਹਨੇ ਰਹਿਣਾ, ਇੱਕ ਦੋ ਦਿਨ ਆਉਂਦੀ ਹੈ ਕੁੜੇ, ਇੱਕ ਦੋ ਦਿਨ ਆਈ ਤੇ ਵੀ ਤੂੰ ਕਲੇਸ ਪਾ ਲੈਂਦੀ। ਸਭ ਤੋਂ ਜ਼ਿਆਦਾ ਦੁਖੀ ਭਾਬੀ ਮੈਨੂੰ ਇਸ ਗੱਲ ਦਾ ਹੁੰਦਾ, ਜਿਹੜਾ ਮੇਰਾ ਪਿਆਰ ਕਰਨ ਵਾਲਾ ਭਰਾ ਸੀ ਉਹ ਰੱਬ ਨੇ ਖੋਲਿਆ, ਜਿਹੜੀ ਮੇਰੀ ਭਰਜਾਈ ਸੀ ਉਹ ਘਰੋਂ ਤੁਰ ਜੂਗੀ, ਅਤੇ ਤੇਰੇ ਵਰਗੀ ਆ ਜਿਹੜੀ ਗੱਲ ਗੱਲ 'ਤੇ ਤਾਨੇ ਮਿਹਣੇ ਦਿੰਦੀ ਆ, ਸਭ ਤੋਂ ਜ਼ਿਆਦਾ ਰੱਬ ਦਾ ਰੋਸਾ ਹੀ ਇਸ ਗੱਲ ਦਾ, ਮੇਰੇ ਭਰਾ ਨੂੰ ਬੇਸ਼ੱਕ ਲੈ ਗਿਆ ਸੀ ਪਰ ਸਾਡੇ ਘਰੇ ਜਿਹੜਾ ਕੋਈ ਇੱਕੋ ਹੀ ਸੀ ਸਾਰਿਆਂ ਦੀ ਇੱਜ਼ਤ ਕਰਨ ਵਾਲਾ ਉਹਨੂੰ ਲੈ ਗਿਆ। ਫਿਰ ਦੂਜੇ ਵੀ ਭਰਾ ਭਤੀਜਿਆਂ ਦੀ ਸੁੱਖ ਮੰਨ ਲਿਆ ਕਰੋ, ਜ਼ਰੂਰੀ ਤਾਂ ਨਹੀਂ ਵੀ ਦਿਨ ਰਾਤ ਰੋਣਾ ਹੀ ਪਾਉਣਾ, ਇੱਥੇ ਨਹੀਂ ਐਡਾ ਹੀ ਨਹੀਂ ਸ਼ੌਂਕ ਹੈਗਾ, ਪਰ ਨਾ ਭੇਜੋ ਇਹਨੂੰ ਇੱਥੇ ਬਿਠਾ ਲਓ, ਮੈਂ ਤਾਂ ਕੀ ਹੈ ਤੜਕੇ ਹੱਥ ਨੇ ਪਕਾ ਕੇ ਦੇ ਦਿਆ ਕਰੂੰ, ਖਾ ਲਿਆ ਕਰੂਗੀ ਮਹਾਰਾਣੀ। ਪਕਾ ਕੇ ਤਾਂ ਤੂੰ ਇੱਕ ਮਹੀਨਾ ਨਹੀਂ ਦੇ ਸਕੀ, ਹਾਂ ਕਿੱਥੋਂ ਦੇ ਦੇਗੀ ਤੂੰ ਸਾਰੀ ਉਮਰ।
ਜਖਮਾਂ ਤੇ ਨੂਨ ਹੀ ਨਾ ਸੜਕ। 6 ਮਹੀਨੇ ਹੋ ਗਏ ਮੈਂ ਪਕਾਉਂਦੀ ਆ, ਠੀਕ ਹੈ ਨਾ। ਇੱਥੇ ਬੀਬੀ ਨੀ ਪਕਾਉਂਦੀ, ਨਾਲ ਇਹ ਨੀ ਪਕਾਉਂਦੀ ਹੈਗੀ। ਉਹ ਭੈਣੇ ਕਿਉਂ ਬੋਲਦੀ ਆ ਤੂੰ? ਕੋਈ ਨੀ ਭੈਣੇ, ਮੈਂ ਕਰ ਲਿਆ ਕਰੂੰਗੀ ਆਪ ਹੀ ਸਾਰਾ ਕੰਮ। ਹਾਂ ਬੋਲਣਾ ਬਸ। ਅੱਛਾ ਕੀ ਕਰ ਲਿਆ ਕਰੇਂਗੀ? ਜੇ ਤੈਨੂੰ ਅੰਦਰੋਂ ਨਿਕਲਣ ਲੱਗੇ ਟਾਈਮ ਮਿਲੇ ਤਾਂ ਹੀ ਚਾਹ ਦਾ ਗਲਾਸ ਤੋਂ ਫੜ ਚੁੱਪ ਕਰਕੇ ਨਾ, ਜੇ ਤਾਂ ਕੰਮ ਹੁੰਦਾ ਕਰ ਲਾ, ਨਹੀਂ ਆ ਫੜ ਆਪਦੀ ਚਾਹ ਤੇ ਲੈ ਜਾ। ਬਾਲਾ ਨਾ ਤੂੰ ਐਵੇਂ ਬੋਲਿਆ ਕਰ, ਕਿਸੇ ਦੇ ਬੰਦੇ ਦਾ ਦੁੱਖ ਦਰਦ ਤੂੰ ਸਮਝਦੀ ਨਹੀਂ ਹੈਗੀ। ਜਿੰਨਾ ਤੈਨੂੰ ਕੋਈ ਬੋਲਦਾ ਨਹੀਂ ਉਨਾ ਤੂੰ ਸਿਰੇ ਚੜ੍ਹੀ ਜਾਂਦੀ ਹੈਗੀ। ਇਸ ਕਾ ਇਹ ਕਰ, ਸਾਡਾ ਵੀ ਹੈ ਕੋਈ, ਇਕੱਲੀ ਦਾ ਨਹੀਂ ਤੇਰਾ, ਕਿਸੇ ਬੰਦੇ ਦਾ ਦੁੱਖ ਸਮਝ ਲਿਆ ਕਰ। ਵਕਤ ਦਾ ਕੋਈ ਪਤਾ ਨਹੀਂ ਕਦੋਂ ਰੱਬ ਕੀਤੇ ਪਾ ਦੇ। ਹਾਂ ਤੂੰ ਤਾਂ ਬੋਲਦੀ ਨਹੀਂ ਹੈ ਨਾ, ਤੂੰ ਤਾਂ ਗੂੰਗੀ ਹੈ, ਤੇਰੇ ਕਾਹਨੂੰ ਜ਼ਬਾਨ ਲੱਗੀ ਹੈ? ਤੇਰੇ ਤਾਂ ਬਥੇਰੀ ਜ਼ਬਾਨ ਲੱਗ ਰਹੀ ਹੈ। ਮੈਂ ਹੀ ਦੇਖਦੀ ਹਾਂ ਤੈਨੂੰ, ਆਹ ਤਾਂ ਦੇਖਦੀ ਨਹੀਂ ਹੈਗੀ। ਇਹ ਵੀ ਇਸ ਘਰ ਦੀ ਨੂੰਹ ਹੈ, ਹੁਣ ਜੇ ਮਰ ਗਿਆ ਉਹਦੇ ਨਾਲ ਮਰਨਾ ਹੈਗਾ। ਚਾਹ ਦੀ ਘੁੱਟ ਹਲਕ ਚੜਾਉਣ ਨਾਲ ਹੀ ਕਰਤੀ। ਜੇ ਇੰਨਾ ਕੁਛ ਸੁਣਾਉਣਾ ਸੀ ਪਹਿਲੀ ਹੀ ਕਹਿ ਦਿੰਦੀ, ਚਾਹ ਕਰ ਦਿਓ ਹੀ ਨਾ, ਮੈਂ ਆਪ ਗਾਲ ਲੈਂਦੀ, ਘੁੱਟਾ ਤਰ ਲੈਂਦੀ, ਉਹ ਮੈਂ ਮਰ ਜਾ। ਉਹ ਗੱਲ ਹੈ ਇਹਦੀ, ਤਾਂ ਕਿ ਬੱਕਰੀ ਨੇ ਦੁੱਧ ਦਿੱਤਾ, ਨਾਲੇ ਮੀਂਗਣਾ ਘੋਲ ਕੇ ਦਿੱਤਾ, ਨਾਲੇ ਤਾਂ ਚਾਹ ਦੀ ਘੁੱਟ ਬਣਾ ਕੇ ਫੜਾ ਗਈ, ਨਾਲੇ ਹਲਕ ਚ ਫਸਾ ਗਈ, ਅੰਦਰ ਵੀ ਨਹੀਂ ਨਾ ਕੋਈ ਨਾ ਪੁੱਤ ਪੀ ਲੈ। ਉਹ ਚੰਦਰੀਏ, ਹਾਏ ਵੇ ਰੱਬਾ, ਮਹਾਂ ਵਿਚਾਰੀ ਕੀ ਨਿਕਲੇ ਅੰਦਰੋਂ। ਇਹ ਤਾਂ ਗੱਲ ਗੱਲ 'ਤੇ ਤਾਨੇ ਮੀਣੇ ਦਿੰਦੀ ਹੈ, ਗੱਲ ਗੱਲ 'ਤੇ ਤਾਨੇ ਮੀਣੇ ਦਿੰਦੀ ਹੈ। ਐਂ ਥੋੜ੍ਹਾ ਹੁੰਦਾ ਕਿਵੇਂ ਵਿਚਾਰੀ ਦਾ ਟਾਈਮ ਪਾਸ? ਉਹ ਅੰਦਰ ਮੇਰੀਆਂ ਮਿੰਨਤਾਂ ਕਰੀ ਜਾਂਦੀ ਸੀ, ਕਹਿੰਦੀ ਮੇਰਾ ਬਾਪੂ ਆਊਗਾ, ਭੈਣ ਬਣ ਕੇ ਗੱਲ ਕਰ ਲਈ, ਮੈਂ ਇਸ ਘਰੇ ਰਹਿਣਾ ਚਾਹੁੰਦੀ ਹਾਂ। ਉਹਨੇ ਤਾਂ ਇਹਨੇ ਆਹ 4 ਦਿਨ ਤੋਂ ਉੱਪਰ ਘਰ ਰੱਖੇ ਨੇ, ਮੈਨੂੰ ਤਾਂ ਸਮਝ ਨਹੀਂ ਆਉਂਦੀ ਮਾਂ, ਜਦੋਂ ਇਹ ਇਸ ਘਰ ਦੇ ਵਿੱਚੋਂ ਬਾਗੀ ਭਾਬੀ ਤੇਰੇ ਨਾਲ ਕੀ ਗੁਜ਼ਾਰੂਗੀ। ਮੈਨੂੰ ਤਾਂ ਦਿਨ ਰਾਤ ਇਹੀ ਸੰਸਾ ਬੜਬੜ ਖਾਈ ਜਾਊਗਾ, ਜਦੋਂ ਆਉਣੇ ਆ 2 ਦਿਨ ਆਹੀ ਕੁਛ ਭਾਬੀ ਦਾ। ਕੀ ਕਰੀਏ ਪੁੱਤ, ਲਿਖੀਆਂ ਦੇ ਨਵੇੜੇ ਨੇ, ਜਿਹੜਾ ਕੁਛ ਮੇਰੇ ਕਰਮਾਂ 'ਚ ਲਿਖਿਆ ਧੀਏ ਮੈਂ ਭੁਗਤ ਲੂੰਗੀ, ਤੈਂ ਤਾਂ ਆਪਦੇ ਘਰੇ ਜਾਣਾ, ਤੂੰ ਕਿਹੜਾ ਸਦੋਂ ਮੇਰੇ ਕੋਲ ਬੈਠੀ ਰਹੇਗੀ। ਲੱਭੂ ਮੈਂ ਮਰ ਜਾ, ਮੇਰਾ ਤਾਂ ਢਿੱਡ ਮੱਚ ਗਿਆ, ਮੇਰੇ ਕਿਵੇਂ ਚਾਹ ਲੰਘੂਗੀ? ਉਹ ਸਿੱਟ ਗਈ, ਉਹ ਤਾਂ ਚਾਹ ਦੇ ਘੁੱਟ, ਕੀ ਕਰਾਂ ਕੁੜੀ। ਹਾਏ ਰੱਬਾ, ਇਹ ਜੀ ਕਰਮਾਂ 'ਚ ਮੇਰੇ ਧਰੀ ਪਈ ਸੀਗੀ। ਸੋਹਣੀ ਚਾਹ ਦੀ ਕੁੱਟਣੀ ਆ, ਹੁਣ ਤਾਂ ਥੋੜਾ ਸਿਆਪਾ ਕਰਕੇ ਹਟੀ ਆਏਗੀ, ਘੜੀ ਕੁ ਪਿੱਛੋਂ ਚਾਹ ਨੂੰ ਦੱਸ ਕੀ ਹੋ ਜਾਂਦਾ। ਮੈਂ ਤਾਂ ਪੀਤੀ ਨਹੀਂ, ਸਵੇਰ ਦੀ ਪੀਤੀ, ਜਿਹੜੀ ਕੁੱਟ ਪੀਤੀ ਹੈਗੀ। ਫਿਰ ਪੀ ਲੈਂਦਾ, ਹੁਣ ਮੈਂ ਤੇਰੇ ਪਿੱਛੇ ਤਾਂ ਜਾਣੋ ਰਹੀ, ਵੀ ਗਲਾਸ ਚੱਕ ਕੇ ਤੇਰੇ ਪਿੱਛੇ ਤੁਰੀ ਫਿਰਾਂ, ਵੀ ਲਓ ਜੀ ਚਾਹ ਪੀ ਲਓ। ਚੱਲ ਚੰਗਾ, ਮੈਥੋਂ ਗਲਤੀ ਹੋ ਗਈ, ਕਿਉਂ ਹਲਕੇ ਗੁੱਤੇ ਮੰਗੂ ਪੈਂਦੀ ਆ, ਹੌਲੀ ਬੋਲ ਪਿਆ ਕਰ ਕਿਸੇ ਟਾਈਮ ਤਾਂ। ਮੇਰੀ ਇੱਕ ਗੱਲ ਸੁਣ ਲਿਆ, ਕੰਨ ਖੋਲ ਕੇ ਉਹ ਤੇਰੀ ਭੈਣ ਜੀ ਨੂੰ ਕਹਿ ਦੇ, ਚੱਕ ਕੇ ਬੈਗ ਨਾ ਤਿੱਤਰ ਹੋ ਜੇ, ਤੀਜੇ ਦਿਨ ਆ ਜੂ ਰੇ ਸਿਆਪਾ ਕਰਨ ਸਾਡਾ। ਬੜਾ ਹਾਂ ਬੜਾ ਮਿੰਟ 'ਚ ਕਹਿਤਾ, ਕਹਿ ਦੇ ਐਂ ਕਿਵੇਂ ਕਿਹਾ ਜੂ, ਉਹ ਵੀ ਤਾਂ ਇਸ ਘਰ ਦੀ ਧੀ ਹੈਗੀ। ਕੋਈ ਨਾ, ਤੂੰ ਸਾਰੀ ਗੱਲਾਂ ਦੇ ਸਿਰ ਤੇ ਨਾ ਲਿਆ ਕਰ, 2 ਦਿਨ ਵਗ ਜੂਗੀ ਉਹਨੇ, ਤਾਂ ਸਦਾ ਰਹਿਣਾ ਇੱਥੇ। ਸਦਾ ਹੀ ਇੱਥੇ ਰਹਿਣਾ ਹੈਗਾ, ਤੀਜੇ ਦਿਨ ਤਾਂ ਉਹ ਆ ਜਾਂਦੀ ਹੈ, ਹੋਇਆ ਬੰਦਾ 6 ਮਹੀਨਿਆਂ ਤੋਂ ਆਉਂਦਾ ਹੈਗਾ, ਤੀਜੇ ਦਿਨ ਦੱਸ ਉਰੇ ਕਿ ਦਾਣੇ ਧਰੇ ਨੇਗੇ। ਫਿਰ ਮੈਂ ਚਿੱਠੀ ਪਾ ਕੇ ਸੱਦੀ ਜਾਂਦਾ ਉਹਨਾਂ ਨੂੰ, ਮੈਂ ਤਾਂ ਪ੍ਰਾਹੁਣੇ ਕੋਲ ਨਹੀਂ ਬੈਠਾ ਇਸ ਗੱਲ ਦਾ ਮਾਰਾ, ਵੀ ਆਪੇ ਵਗ ਜੂ ਆਥਣ ਨੂੰ ਕਿਤੇ, ਫਿਰ ਰਾਤ ਨੂੰ ਰੋਡਾ ਲੱਗ ਜੇ। ਕਿਉਂ ਨਹੀਂ ਬਹਿੰਦਾ ਹੈਗਾ, ਸਿਰ ਨਾਲ ਸਿਰ ਜੋੜ ਕੇ ਤਾਂ ਬੈਠਾ ਰਹਿੰਦਾ ਹੈਗਾ, ਹਜੇ ਮੈਂ ਬਹਿੰਦਾ ਨਹੀਂ ਹੈਗਾ, ਜੇ ਤੂੰ ਨਾ ਮੂੰਹ ਲਾਵੇਂ ਉਹ ਕਦੋਂ ਦਾ ਵਗ ਜੇ। ਮਾੜੀ ਮੋਟੀ ਹੌਲੀ ਬੋਲ ਪਿਆ ਕਿ ਤਮੀਜ਼ ਨਾਲ ਬੋਲ ਪਿਆ, ਕਿਸੇ ਟਾਈਮ ਤਾਂ ਕਿਉਂ ਬਕਵਾਸ ਮਾਰਦੀ ਹੈਗੀ। ਵਗ ਜੂਗੀ ਤੇਰੀ ਭੈਣ ਤਾਂ, ਵਗ ਜੂਗੀ, ਤੇ ਜਿਹੜੀ ਉਹ ਮਹਾਰਾਣੀ ਹੈ, ਛੋਟੀ ਸਾਰਾ ਦਿਨ ਅੰਦਰ ਪਈ ਰਹਿੰਦੀ ਹੈ, ਕੀ ਗੱਲ ਮੈਂ ਠੇਕਾ ਭਰ ਰੱਖਿਆ ਉਹਦਾ। ਉਹ ਵੀ ਵਗ ਜੂ, ਉਹਦਾ ਪਿਓ ਆਉਂਦਾ ਜੇ ਉਹਨੂੰ ਲੈਣ, ਤੋ ਉਹ ਵੀ ਲੈ ਜੂ ਆਪੇ, ਵਿਆਹ ਵਿਹੂ ਦੇਣਗੇ, ਕਿਤੇ ਵੜ ਦੇਣਗੇ, ਫਾਹਾ ਇਹਦਾ ਕਿੱਥੋਂ ਅੱਕ ਲੱਗੀ ਇਹ। ਆ ਤੈਨੂੰ ਕਿਹਨੇ ਕਿਹਾ ਵੀ ਉਹਦਾ ਪਿਓ ਆਉਂਦਾ? ਪਿਓ ਦਾ ਫੋਨ ਆਇਆ ਸੀ ਮੇਰੇ ਕੋਲੇ। ਅੱਛਾ, ਤੇਰੀ ਮਾਂ ਜਾਣ ਦੇ ਦੂ ਫਿਰ ਉਹਨੂੰ? ਜਾਣ ਦੇ ਵਾਲਾ ਲੈ ਕੇ ਜਾਊਗਾ, ਨਾਲੇ ਤੂੰ ਚੁੱਪ ਕਰਕੇ ਬੈਠੇ, ਮੈਂ ਤੈਨੂੰ ਕਿਹੜਾ ਗੱਲ ਦੱਸਤੀ, ਇੱਕ ਗੱਲ ਮੇਰੀ ਹੋਰ ਸੁਣ ਲਾ, ਜਦੋਂ ਦਾ ਵਰਿੰਦਰ ਮਰਿਆ ਨਾ, ਸਾਰੀ ਜ਼ਮੀਨ ਵਰਿੰਦਰ ਦੀ ਮਾਂ ਨਾਲ ਚੜ੍ਹ ਗਈ, ਕੋਸੇ ਨਾਲ ਚੜ੍ਹ ਗਈ, ਨਾਲੇ ਚੜ੍ਹੀ ਹੋਈ ਹੈ ਭੈਣ ਨਾਲ, ਜਦੋਂ ਦਾ ਬਾਪੂ ਮਰਿਆ ਹੋਇਆ, ਮੈਂ ਉਹਦੇ ਪਟਵਾਰੀ ਕੋਲੇ ਗਿਆ ਸੀ, ਸਾਰੀ ਜ਼ਮੀਨ ਦਾ ਕੋਈ ਨਾ ਇੰਤਜ਼ਾਮ ਹੋਜੂ, ਹਜੇ ਲੱਗਣਗੇ 4-5 ਮਹੀਨੇ, ਤੂੰ ਪਿਆਰ ਨਾਲ ਰਹਿ ਭੈਣ ਨਾਲ, ਮੈਂ ਤੈਨੂੰ ਕਿਹੜਾ ਗੱਲ ਕਹਿਤੀ, ਤੇਰੀ ਜ਼ਮਾਨ ਕਰਕੇ ਸਾਰਾ ਖੇਲ ਖਰਾਬ ਹੋਊਗਾ। ਉਹ ਮੈਂ ਮਰ ਜਾ,
ਉਹਨਾਂ ਨਾਲ ਕਿਵੇਂ ਜ਼ਮੀਨ ਚੜ ਗਈ ਵੇ? ਉਹ ਚੜ੍ਹਦੀ ਹੁੰਦੀ ਆ ਜਦੋਂ ਪੁੱਤ ਮਰ ਜੇ ਮਾਂ ਜਾਂ ਪਿਓ ਨਾਲ ਜਾਂਦੀ ਹੁੰਦੀ ਆ ਜ਼ਮੀਨ, ਪਿਓ ਦੀ ਸਾਰੇ ਜਵਾਕਾਂ ਨਾਲ ਚੜ੍ਹਦੀ ਹੁੰਦੀ। ਉਦੋਂ ਪਿਓ ਕਿਹੜਾ ਬਸ਼ੀਤ ਕਰਾ ਕੇ ਗਿਆ ਸੀ ਆਪਣੇ ਨਾਲ, ਸਾਰਿਆਂ ਨਾਲ ਉਦੋਂ ਚੜ੍ਹ ਗਈ ਵਿੱਚੇ ਕੁੜੀ ਨਾਲ। ਪ੍ਰਾਹੁਣਾ ਤਾਂ ਭਾਲਦਾ ਇਹ ਕੰਮ ਵੀ ਮੈਂ ਇੱਥੇ ਬੈਠਾਂ, ਫਿਰ ਬੈਠੀ ਨਹੀਂ ਤੂੰ ਵੀ ਡੂਢ ਕਿੱਲੀਆਂ 'ਤੇ। ਸਹੀ ਗੱਲ ਹੈ, ਉਹ ਤਾਂ ਅੱਗੇ ਵਾਲੇ ਚਲਾਕ ਨੇ, ਹੈ ਨਾ। ਹੁਣ ਫਿਰ ਮੈਂ ਉਹਨਾਂ ਨੂੰ ਜੀ ਜੀ ਕਰਕੇ ਬੋਲਿਆ ਕਰਾਂ, ਮੇਰੇ ਤੋਂ ਨਹੀਂ ਉਹ ਝੱਡੀਆਂ ਜਾਂਦੀਆਂ ਬੈਠੀਆਂ ਭਾਈ, ਆਰਡਰ ਮਾਰਦੀਆਂ ਮੈਨੂੰ। ਤੈਨੂੰ ਜੀ ਜੀ ਕਰਨ ਦੀ ਕੀ ਲੋੜ ਆ, ਤੂੰ ਉਹਦਾ ਕੰਮ ਕਰ, ਥੋ ਜਿਹੜੇ ਭੈਣ ਤਾਂ ਅੱਜ ਤੜਕੇ ਵਗ ਜੂਗੀ, ਇਹ ਤਾਂ ਮੈਨੂੰ ਪੱਕਾ ਪਤਾ ਹੈਗਾ। ਨਾਲੇ ਉਦੋਂ ਬਾਅਦ ਜਦੋਂ ਸਾਰਾ ਕੁਛ ਆਪਣੇ ਹੱਥ 'ਚ ਆ ਗਿਆ, ਮਾਂ ਤਾਂ ਆਪਣੀ ਮੁੱਠੀ 'ਚ ਆ, ਉਹਨੇ ਤਾਂ ਕਿਤੇ ਨਹੀਂ ਜਾਣਾ। ਫਿਰ ਆਪਾਂ ਇਹਨਾਂ ਨੂੰ ਕਿਉਂ ਘਰੇ ਵਾੜਾਂਗੇ, ਕੀ ਲੋੜ ਆ? ਆਪਣੀ ਲਈ ਤਾਂ ਆਉਂਦੀ ਨਹੀਂ, ਜਦੋਂ ਪਤਾ ਲੱਗ ਗਿਆ ਜ਼ਮੀਨ ਲਾਹ ਲਈ ਨਾ। ਮੈਂ ਕੀ ਕਰਾਂ, ਮੇਰੇ ਤੋਂ ਜਦੋਂ ਵਿਹਲੀਆਂ ਬੈਠੀਆਂ ਹੁੰਦੀਆਂ ਨਾ, ਝੱਲੀਆਂ ਨਹੀਂ ਜਾਂਦੀਆਂ, ਬੋਲਿਆ ਜਾਂਦਾ ਕੁਛ ਨਾ ਕੁਛ। ਮੈਂ ਮੇਰੀ ਗੱਲ ਸੁਣ, ਮੈਂ ਨੌਕਰਾਂ ਨਹੀਂ ਲੱਗ ਰੱਖੀ ਹੈ, ਸੁੱਖ ਕੇ ਦਿੱਤਾ ਹੋਇਆ ਮੈਨੂੰ ਵੀ ਸਾਰਾ ਕੰਮ ਹੀ ਮੈਂ ਕਰਦੀ। ਮੈਂ ਵੀ ਇਨਸਾਨ ਹਾਂ, ਮੈਂ ਵੀ ਕਿਸੇ ਦਿੱਤੀ ਹੀ ਹਾਂ। ਚੱਲ ਕੋਈ ਨਾ, ਇੱਕ ਤਾਂ ਜਿਹੜੀ ਰੋਟੀ ਲੱਗੀ ਉਹਨੂੰ ਲੈ ਜੂਗਾ, ਤੂੰ ਬਿਨਾਂ ਗੱਲ ਤੋਂ ਨਾ ਬੋਲਿਆ ਕਰ। ਜੇ ਚਾਹ ਦੀ ਘੁੱਟ ਕਰਨੀ ਹੈ ਕਰ ਦੇ, ਮਾੜਾ ਮੈਂ ਭੈਣ ਕੋਲ ਵਗ ਜਾਂ, ਚੱਲ ਪਤਾ ਕਰ ਲਾਂ ਜਮੀ ਨੇ ਆਇਆ ਮੇਰੇ ਕੋਲ ਤਾਂ ਉਹ ਆਖੂਗੀ। ਹੋਰ ਹੁਣ ਤਾਂ ਮਿੱਠੇ ਪਿਆਰੇ ਹੋ ਕੇ ਰਹਿਣਾ ਪਊ ਸੀ ਆਪਾਂ, ਆਹ ਨਵਾਂ ਸੀ ਆਪਾਂ ਛੱਡ ਗਏ ਜਾਣ ਨੂੰ। ਵਗ ਜਾ, ਚਾਹ ਬਣਾਉਣੀ ਆ ਮੈਂ, ਭਾਂਡੇ ਧੋਲਾ ਦੋ। ਕੀ ਗੱਲ, ਇਕੱਲੇ ਬੈਠੇ ਹੋ? ਬਸ ਕੀ ਕਰਾਂ, ਤੈਨੂੰ ਪਤਾ ਹਰਜੀਤ ਤਾਂ ਕੋਲੇ ਬਹਿੰਦਾ ਹੀ ਨਹੀਂ ਹੈ। ਐਸੇ ਚੀਜ਼ ਦਾ ਤਾਂ ਦੁੱਖ ਮਾਰਦਾ ਵੀ ਉਹ ਕੰਜਰ ਕੋਲੇ ਨਹੀਂ ਬਹਿੰਦਾ, ਜਿਹੜਾ ਕੋਲੇ ਬੈਠਣ ਵਾਲਾ ਸੀ ਉਹ ਰੱਬ ਨੇ ਨਹੀਂ ਛੱਡਿਆ। ਸਹੀ ਗੱਲ ਹੈ ਅਮਨ, ਜਦੋਂ ਆਪਾਂ ਪਹਿਲਾਂ ਆਉਂਦੇ ਸੀ, ਦੇਖ ਵਰਿੰਦਰ ਅੱਗੇ ਪਿੱਛੇ ਭੱਜਿਆ ਫਿਰਦਾ ਰਹਿੰਦਾ ਸੀ। ਮੇਰਾ ਬਾਈ ਆ ਗਿਆ, ਮੇਰੀ ਭੈਣ ਆ ਗਈ, ਰੱਬ ਨੂੰ ਵੀ ਚੰਗੇ ਬੰਦਿਆਂ ਦੀ ਲੋੜ ਹੁੰਦੀ ਹੈ, ਲੈ ਗਿਆ ਖੋ ਕੇ ਆਪਣੇ ਕੋਲੋਂ। ਸਹੀ ਗੱਲ ਹੈ, ਇਸ ਘਰ ਦੀਆਂ ਤਾਂ ਨਾ ਹੁਣ ਐਂ ਲੱਗਦਾ ਵੀ ਕੰਧਾਂ ਵੀ ਦੰਦੀਆਂ ਵੜਦੀਆਂ ਨੇ, ਇਕੱਲਾ ਉਹੀ ਨਹੀਂ ਹੈਗਾ, ਬਾਕੀ ਤਾਂ ਸਾਰਾ ਟੱਬਰ ਫਿਰਦਾ, ਪਰ ਘਰ ਦੀ ਸਾਰੀ ਰੌਣਕ ਨਾਲ ਲੈ ਗਿਆ। ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਸ ਘਰ ਦਾ ਬਣੂਗਾ ਕੀ। ਬਣਨਾ ਕੀ ਹੈ, ਉਹ ਪਰਮਾਤਮਾ ਹੀ ਉਸ ਮਾਂ ਨੂੰ ਹਿੰਮਤ ਬਖਸ਼ੇ, ਬਸ ਕੀ ਕਰੇ ਵਿਚਾਰੀ ਹੁਣ। ਇਸੇ ਗੱਲ ਦੀ ਤਾਂ ਫਿਕਰ ਹੈ, ਕੱਲ੍ਹ ਨੂੰ ਭਾਬੀ ਨੇ ਵੀ ਤੁਰ ਜਾਣਾ, ਉਹਦੇ ਮਾਂ ਪਿਓ ਵੀ ਕਹਿੰਦੇ ਸੀ ਅੱਜ ਅਸੀਂ ਆਵਾਂਗੇ, ਤਾਂ ਹੀ ਮਾਂ ਕਹਿੰਦੀ ਸੀ ਵੀ ਅੱਜ ਦਾ ਦਿਨ ਤੁਸੀਂ ਰਹਿ ਪਓ, ਜੇ ਭਰਜਾਈ ਨੂੰ ਲੈ ਗਏ ਉਹ, ਹੁਣ ਤਾਂ ਨੂੰਹ ਸੱਸ ਇੱਕ ਦੂਜੀ ਨਾਲ ਉਹੀ ਗੱਲ ਹੈ, ਹੌਸਲੇ ਦੇਈ ਜਾਂਦੀਆਂ ਨੇ, ਫਿਰ ਮਾਂ ਤਾਂ ਇਕੱਲੀ ਰਹਿ ਜੂ, ਆਪਾਂ ਵੀ ਆਪਦੇ ਘਰੇ ਤੁਰ ਜਾਵਾਂਗੇ, ਮਾਂ ਦਾ ਬਣੂਗਾ ਕੀ? ਹਰਜੀਤ ਦਾ ਸੁਭਾਅ ਨਹੀਂ ਨਾ ਬਹੂ ਦਾ ਸੁਭਾਅ ਵੱਡੀ ਦਾ। ਅਮਨ ਕਾਹਨੂੰ ਫਿਕਰ ਕਰਦੀ ਹੁੰਦੀ ਹੈ, ਜੇ ਪਰਮਾਤਮਾ ਵਕਤ ਪਾਉਂਦਾ ਨਾ ਤਾਂ ਉਹ ਹਿੰਮਤ ਵੀ ਆਪ ਹੀ ਦਿੰਦਾ ਹੁੰਦਾ। ਉਹ ਤਾਂ ਤੇਰੀ ਗੱਲ ਸਮਝਦੀ ਹਾਂ, ਹਿੰਮਤ ਵੀ ਕਾਹਦੀ ਰਹਿ ਗਈ ਜਿਹਦਾ ਜਵਾਨ ਪੁੱਤ ਤੁਰ ਜੇ ਅਤੇ ਆਪਦਾ ਬੰਦਾ ਤੁਰ ਜੇ, ਸਾਰੀਆਂ ਹਿੰਮਤਾਂ ਟੁੱਟ ਜਾਂਦੀਆਂ ਨੇ, ਬਸ ਇੱਕ ਜਿਉਂਦੀ ਆ ਮਾਂ। ਸਹੀ ਗੱਲ ਹੈ, ਉਹਦਾ ਦੇਖ ਲੈ ਵਿਚਾਰੀ ਦਾ, ਉਹਨੂੰ ਕਿੱਡਾ ਵੱਡਾ ਦੁੱਖ ਹੈਗਾ, ਉਹ ਕੀ ਕਰੂਗੀ? ਉਹ ਤਾਂ ਚੱਲ ਫਿਰ ਵੀ ਕੱਲ੍ਹ ਨੂੰ ਉਹਦਾ ਕਿਤੇ ਵਿਆਹ ਹੁੰਦਾ, ਆਪਦੇ ਘਰ ਰੁੱਝ ਜੂਗੀ, ਸਾਰੀਆਂ ਗੱਲਾਂ ਚੱਲ ਬੰਦਾ ਭੁੱਲ ਜਾਂਦਾ, ਦੁੱਖ ਤਾਂ ਸਾਰੀ ਉਮਰ ਦਾ ਮਾਂ ਨੂੰ ਹੀ ਹੈ। ਅੱਛਾ, ਅੱਜ ਉਹਦਾ ਪਿਓ ਆਊਗਾ? ਹਾਂ, ਆਇਆ ਸੀ ਉਹਨਾਂ ਦਾ ਫੋਨ, ਉਹਦਾ ਪਿਓ ਕਹਿੰਦੇ ਸੀ ਆਊਗਾ, ਤਾਂ ਹੀ ਮਾਂ ਨੂੰ ਮੈਂ ਆਖਿਆ ਸੀ ਮੈਂ ਕਿਹਾ ਅਸੀਂ ਜਾਵਾਂਗੇ। ਮਾਂ ਕਹਿੰਦੀ ਤੁਸੀਂ ਰੁੱਕ ਜਾਓ ਜਾਂ ਤਾਂ ਆਥਣੇ ਜੇ ਵਗ ਜਿਓ, ਕਹਿੰਦੀ ਉਹਦੇ ਪਿਓ ਨਾਲ ਹਰਜੀਤ ਨੇ ਕਿਹੜੀ ਗੱਲ ਕਰਨੀ ਆ ਵੀ ਚੱਲ ਤੁਸੀਂ ਉਹਦੇ ਨਾਲ ਗੱਲ ਕਰ ਲਓਗੇ, ਜੇ ਚੱਲ ਅਗਲੇ ਨੂੰ ਭਾਈ ਕੋਈ ਘਰ ਬਾਰ ਮਿਲ ਗਿਆ ਅਗਲਾ ਕਰ ਦੂ ਆਪਦੀ ਧੀ ਦਾ, ਆਪਾਂ ਵੀ ਕਿਹਦੇ ਸਿਰ 'ਤੇ ਬਿਠਾਵਾਂਗੇ। ਸਹੀ ਗੱਲ ਹੈ, ਚੱਲ ਕੋਈ ਗੱਲ ਨਹੀਂ, ਆਪਾਂ ਤਾਂ ਜੇ ਸ਼ਾਮ ਨੂੰ ਟਾਈਮ ਰਿਹਾ ਆਥਣੇ ਵਗ ਜਾਵਾਂਗੇ, ਨਹੀਂ ਤੜਕੇ ਵਗ ਜਾਵਾਂਗੇ, ਕੋਈ ਗੱਲ ਨਹੀਂ। ਸਹੀ ਗੱਲ ਹੈ, ਪਹਾੜ 'ਚ ਏਡੀ ਜ਼ਿੰਦਗੀ ਉਹਦੀ ਨਿਕਲੂਗੀ ਕਿਵੇਂ ਵਿਚਾਰੀ ਦੀ, ਬਾਕੀ ਉਹ ਦੇਖ ਲਾ ਵੱਡੀ ਸੁਣਦੀ ਹੋਊਗੀ ਤੁਹਾਨੂੰ, ਕਿਹੜਾ ਮੂੰਹ ਬੋਲਦੀ ਹੈ, ਸੌ ਸੌ ਗੱਲਾਂ ਬੋਲਦੀ ਸੀ ਵਿਚਾਰੀ ਨੂੰ, ਆਖੇ ਇਹ ਕੰਮ ਨਹੀਂ ਕਰਦੀ, ਖਾਣ ਪੀਣ ਵੇਲੇ ਤਾਂ ਆਖੇ ਨਹੀਂ ਇਹਨੂੰ ਯਾਦਾਂ ਆਉਂਦੀਆਂ, ਕੰਮ ਵਾਲੇ ਆਖੇ ਵਰਿੰਦਰ ਦੀਆਂ ਯਾਦਾਂ ਆਉਂਦੀਆਂ, ਵੀ ਜਦੋਂ ਕੱਲ੍ਹ ਨੂੰ ਵਾਗੀ ਤੂੰ ਹੀ ਕਰੇਗੀ।
ਓਏ ਹੋਰ ਤਾਂ ਹੀ ਤਾਂ ਇਸ ਘਰੇ ਹੁਣ ਜੀ ਨਹੀਂ ਲੱਗਦਾ ਹੈਗਾ, ਤਾਂ ਵੀ ਤੈਨੂੰ ਮੈਂ ਇਹੀ ਗੱਲ ਕਹਿੰਦਾ ਸੀ ਵੀ ਆਪਾਂ ਵੀ ਚੱਲੀਏ ਹੁਣ ਇੱਥੋਂ। ਆਪਾਂ ਤਾਂ ਵਗ ਜਾਵਾਂਗੇ, ਜਿਹੜੇ ਵਿਚਾਰੇ ਇੱਥੇ ਫਸੇ ਬੈਠੇ ਉਹ ਕਿੱਧਰ ਨੂੰ ਜਾਣਗੇ। ਚੱਲ ਕੋਈ ਗੱਲ ਨਹੀਂ, ਵਾਹਿਗੁਰੂ ਭਲੀ ਕਰੂਗਾ। ਹੁਣ ਤਾਂ ਵਾਹਿਗੁਰੂ 'ਤੇ ਡੋਰਾਂ ਨੇ, ਕੀ ਕਰ ਸਕਦੇ ਹਾਂ। ਪਤਾ ਨਹੀਂ ਕਿਉਂ ਇਸ ਘਰ ਦੇ ਰੱਬ ਵੈਰੀ ਬਣ ਗਿਆ, ਨਜ਼ਰ ਹੀ ਲੱਗ ਗਈ ਕਿਸੇ ਦੀ। ਉਹ ਬਸ ਕਰਤੀ ਏ, ਕਿਉਂ ਦੁਖੀ ਹੁੰਦੀ ਹੈ? ਜੇ ਕੋਈ ਭਾਈ ਰੋਏ ਤੋਂ ਵਾਪਸ ਆਉਂਦਾ ਹੁੰਦਾ ਆਪਾਂ ਸਾਰੇ ਜਾਣੇ ਰੋਣੀ ਲੱਗ ਜਾਈਏ। ਸਹੀ ਗੱਲ ਆ ਭਾਬੀ, ਕਿਉਂ ਆਪਦੇ ਬਾਪੂ ਦਾ ਦਿਲ ਦੁਖੀ ਕਰਦੀ ਹੈ? ਉਹਦੇ ਨਾਲ ਗੱਲ ਕਰ ਲੈ ਕੋਈ, ਉਹ ਤਾਂ ਵਿਚਾਰਾ ਆਪ ਦੁਖੀ ਹੈ। ਬਸ ਕਮਲੀ, ਸੌਰੀ ਕਮਲੀ ਨਾ ਹੋਵੇ, ਚੁੱਪ ਕਰ ਜਾ ਪੁੱਤ। ਉਹਦੇ ਨੇ ਰੋਈ ਹੋਈ ਜਾਂਦੇ ਆ ਸਾਰੇ। ਇਹੀ ਗੱਲ ਤਾਂ ਸਮਝਾਈ ਜਾਂਦੇ ਮਾਸੜ ਜੀ ਵੀ ਰੋਇਆਂ ਤੋਂ ਤਾਂ ਕੋਈ ਹੱਲ ਨਹੀਂ ਹੁੰਦਾ, ਜੇ ਰੋ ਕੇ ਰੱਬ ਕੂਕਾਂ ਸੁਣਦਾ ਹੋਵੇ ਸਾਰੀ ਰੋਈ ਜਾਂਦੇ ਉਹਦੇ ਦੀ। ਦੇਖ ਸ਼ੇਰਾ, ਅਸੀਂ ਭਾਈ ਸੋਥੋਂ ਬਾਹਰ ਤਾਂ ਹੈ ਨਹੀਂ, ਹੁਣ ਮੈਨੂੰ ਵੀ ਆਪਦੇ ਦਿਲ 'ਤੇ ਪੱਥਰ ਰੱਖ ਕੇ ਗੱਲ ਕਹਿਣੀ ਪਊਗੀ। ਸਾਨੂੰ ਇੱਕ ਮੁੰਡੇ ਦੀ ਭਾਈ ਦੱਸ ਪਈ ਹੈ। ਠੀਕ ਹੈ ਜੀ, ਮੈਂ ਤਾਂ ਹੀ ਕੁੜੀ ਨੂੰ ਲੈਣ ਆਇਆ ਸੀ, ਉਹ ਕਹਿੰਦੇ ਸੀ ਵੀ ਪਰਸੋਂ ਨੂੰ ਦੇਖ ਦਿਖਾਈ ਕਰਾ ਦੇ। ਕੋਈ ਗੱਲ ਨਹੀਂ ਮਾਸਟਰ ਜੀ, ਅਸੀਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਬਾਕੀ ਆ ਬੀਬੀ ਬੈਠੀ ਹੈ ਜਿਵੇਂ ਤੁਸੀਂ ਕਹੋਗੇ। ਪੁੱਤ ਮੈਂ ਕੀ ਕਹਿਣਾ ਹੈਗਾ, ਮੈਂ ਤਾਂ ਆਪ ਜਮਾ ਮਜਬੂਰ ਹੋਈ ਬੈਠੀ ਹਾਂ। ਜੇ ਰੱਬ ਇੱਕ ਜਵਾਕ ਹੋਰ ਦੇ ਦਿੰਦਾ ਤਿੰਨ ਹੁੰਦੇ ਤਾਂ ਮੈਂ ਇਹਨੂੰ ਰੱਖ ਲੈਂਦੀ, ਹੁਣ ਮੈਨੂੰ ਕਰਦੇ ਹਾਲਾਤ ਦੀਂਦੇ ਨੇ, ਰੱਖ ਤਾਂ ਮੈਂ ਲਵਾਂ ਪਰ ਨਾ ਮੈਂ ਰੱਖ ਨਹੀਂ ਸਕਦੀ, ਮੈਨੂੰ ਆਪਦਾ ਟੁੱਕ ਵੀ ਔਖਾ ਲੱਗਦਾ। ਸਹੀ ਗੱਲ ਆ ਮਾਂ, ਮਾਂ ਨੂੰ ਤਾਂ ਕੁਛ ਬੋਲਣ ਜੋਗੀ ਰੱਬ ਨੇ ਛੱਡੇ ਹੀ ਨਹੀਂ। ਮਾਸੜ ਜੀ, ਦੁੱਖ ਤਾਂ ਬਹੁਤ ਲੱਗਦਾ, ਪਹਿਲਾਂ ਤਾਂ ਵੀਰਾ ਤੁਰ ਗਿਆ, ਹੁਣ ਭਾਬੀ ਵੀ ਸਾਡੇ ਘਰੋਂ ਤੁਰ ਜੂ, ਸਾਡੇ ਘਰੋਂ ਤਾਂ ਦੋ ਜੀ ਵਗ ਜਾਣਗੇ, ਇਹ ਘਰ ਤਾਂ ਬੜ ਬੜ ਖਾਂਦਾ ਮਾਸੜ ਜੀ। ਚੱਲ ਕਾਹਨੂੰ ਮਨ ਦੁਖੀ ਕਰਦੀ ਹੈ, ਕੋਈ ਨਹੀਂ। ਬਸ ਪੁੱਤ ਤੇਰਾ ਫਿਰ ਉਮਰ ਵੀ ਭਾਈ ਸਾਰੀ ਪਈ ਹੈ, ਸਹਾਰਾ ਵੀ ਜ਼ਰੂਰੀ ਹੈ। ਸਹੀ ਗੱਲ ਹੈ ਜੀ, ਇਕੱਲੇ ਦੀ ਤੈਨੂੰ ਪਤਾ ਸ਼ੇਰਾ ਕਿੱਥੇ ਜ਼ਿੰਦਗੀ ਲੰਘਦੀ ਹੈ ਬੰਦੇ ਦੀ। ਮਾਸੜ ਜੀ ਤੁਹਾਡੀ ਗੱਲ ਸਮਝਦੇ ਹਾਂ, ਪਰ ਕੀ ਕਰੀਏ, ਦਿਲ ਮੰਨਣ ਨੂੰ ਤਿਆਰ ਹੀ ਨਹੀਂ ਇਹ ਗੱਲ ਨੂੰ। ਜੀ ਨਹੀਂ ਕਰਦਾ ਤੋਰਨ ਨੂੰ, ਅਸੀਂ ਜੀ ਕਰਦਾ ਆਪਦੀ ਧੀ ਬਣਾ ਕੇ ਰੱਖ ਲਾਂ, ਫਿਰ ਅਸੀਂ ਸੋਚਦੀ ਹਾਂ ਵੀ ਧੀਆਂ ਨੇ ਵੀ ਤਾਂ ਬਗਾਨੇ ਕਰੇ ਜਾਣਾ ਹੀ ਹੁੰਦਾ। ਸਹੀ ਗੱਲ ਹੈ ਬੀਬੀ, ਹਾਲਾਤਾਂ ਅੱਗੇ ਮਜਬੂਰ ਹੋ ਜਾਂਦਾ ਇਨਸਾਨ, ਕਿਹਦਾ ਜੀ ਕਰਦਾ ਹੁੰਦਾ ਆਪਦਾ ਘਰ ਛੱਡਣ ਨੂੰ। ਉਹ ਤਾਂ ਜੀ ਮੈਨੂੰ ਵੀ ਪਤਾ ਬਈ ਇੱਥੇ ਤੱਕ ਕਿਵੇਂ ਪਹੁੰਚਿਆ, ਮੈਂ ਤਾਂ ਇਹਦੀ ਮਾਂ ਨੂੰ ਕਿਹਾ ਸੀ ਤੂੰ ਵਗ ਜਾ ਕੁੜੀ ਨੂੰ ਲਿਆ ਜਾ ਕੇ, ਉਹ ਕਹਿੰਦੀ ਤੁਸੀਂ ਵਗ ਜਾਓ, ਮੇਰਾ ਨਹੀਂ ਕਰਦਾ ਉੱਥੇ ਜਾਣ ਨੂੰ। ਹੌਸਲਾ ਹੀ ਨਹੀਂ ਪੈਂਦਾ ਜੀ, ਹੌਸਲਾ ਨਹੀਂ ਪੈਂਦਾ, ਕਿੱਥੇ ਤਾਂ ਚਾਈ ਚਾਈ ਆਉਣਾ ਸੀ ਮਾਸੀ ਨੇ, ਆਹ ਹਾਲਾਤ ਬਣਾ ਦੂ ਰੱਬ, ਅੱਜ ਭਾਬੀ ਨੂੰ ਤੋਰਦਿਆਂ ਵੀ ਦੁੱਖ ਲੱਗਦਾ, ਕਿੱਥੇ ਇਹਨੇ ਜਾਣਾ ਹੁੰਦਾ, ਸਾਨੂੰ ਵੀ ਚਾਹ ਹੁੰਦਾ ਵੀ ਭਾਬੀ ਆਪਦੇ ਪੇਕੇ ਚੱਲੀ ਹੈ। ਹਾਂ ਪੁੱਤ, ਮਿਲਣ ਗਿਲਣ ਜਾਂਦੇ ਦੋਨੇ ਜੀ, ਖੁਸ਼ੀ ਖੁਸ਼ੀ ਤੋਰਦੀ, ਹੱਸ ਕੇ ਤੋਰਦੀ, ਹੁਣ ਕੀ ਕਰਾਂ, ਬਹੁਤ ਔਖਾ ਹੋ ਰਿਹਾ, ਮੇਰੇ ਦਿਲ ਨੂੰ ਪੁੱਛ ਕੇ ਦੇਖੋ ਮੈਂ ਕਿਵੇਂ ਤੋਰੂੰਗੀ ਇਹਨੂੰ। ਮਾਂ ਮੈਂ ਕਿਤੇ ਨਹੀਂ ਜਾਣਾ, ਬਾਪੂ ਮੈਂ ਨਹੀਂ ਜਾਣਾ ਕਿਤੇ ਵੀ, ਮੈਂ ਇੱਥੇ ਰਹਿ ਲੂੰਗੀ, ਕੋਈ ਨਹੀਂ ਜਿੱਥੇ ਇੰਨੀ ਕੱਟ ਉੱਥੇ ਆਪਦੀ ਸਾਰੀ ਉਮਰ ਕੱਟ ਲਊ, ਮੈਂ ਨਹੀਂ ਹੋਰ ਕਿਤੇ ਜਾਣਾ, ਭੈਣੇ ਮੈਂ ਤੈਨੂੰ ਕਿਹਾ ਤਾਂ ਸੀ। ਕੀ ਕਰਾਂ ਭੈਣੇ, ਭਾਬੀ ਮੈਂ ਵੀ ਮਜਬੂਰ ਹੋ ਗਈ, ਕਿਵੇਂ ਬਿਠਾ ਲਈਏ ਤੈਨੂੰ, ਬਹੁਤ ਲੰਬੀ ਜ਼ਿੰਦਗੀ ਹੈ, ਗੱਲਾਂ ਕਹਿਣੀਆਂ ਬਹੁਤ ਸੌਖੀਆਂ, ਕਰਨੀਆਂ ਬਹੁਤ ਔਖੀਆਂ ਨੇ ਭਾਬੀ, ਬਹੁਤ ਵੱਡੀ ਜ਼ਿੰਦਗੀ ਹੈ ਇਹ, ਇੱਕ ਇੱਕ ਦਿਨ ਨਾ ਤੇਰਾ ਇੱਕ ਇੱਕ ਸਾਲ ਵਾਂਗੂ ਲੰਘੂਗਾ। ਕੋਈ ਨਹੀਂ ਭੈਣੇ, ਮੈਂ ਆਪ ਹੀ ਦੇਖ ਲੂੰ, ਜੇ ਤੁਹਾਨੂੰ ਮੇਰੀ ਰੋਟੀ ਔਖੀ ਲੱਗਦੀ ਹੈ ਉਹ ਵੀ ਮੈਂ ਆਪ ਕਮਾ ਕੇ ਖਾ ਲੂੰ, ਪਰ ਮੈਂ ਘਰ ਨਹੀਂ ਛੱਡ ਕੇ ਜਾਂਦੀ। ਉਹ ਕਿਉਂ ਕਾਮਲੀਆਂ ਗੱਲਾਂ ਕਰਦੀਆਂ ਭੈਣੇ, ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ। ਕਿਉਂ ਭਾਬੀ, ਸਾਨੂੰ ਤਾਂ ਕੁਛ ਵੀ ਔਖਾ ਨਹੀਂ ਲੱਗਦਾ, ਔਖਾ ਤਾਂ ਬਸ ਆਹੀ ਆ
ਤੇਰਾ ਘਰੋਂ ਜਾਣਾ ਅਤੇ ਤੈਨੂੰ ਘਰੋਂ ਤੋਰਨਾ। ਅੱਜ ਅਸੀਂ ਜਾਣਦੇ ਹਾਂ ਜਾਂ ਸਾਡਾ ਰੱਬ ਜਾਣਦਾ ਵੀ ਸਾਡੇ ਦਿਲ 'ਤੇ ਕੀ ਬੀਤੀ ਹੈ। ਅਮਨ ਕਿਉਂ ਐਂ ਕਰਦੇ ਹੁੰਦੇ ਹੋ? ਕਿਤੇ ਤਾਂ ਤੁਸੀਂ ਉਹਨੂੰ ਹੌਂਸਲਾ ਦੇਣਾ, ਕਿੱਥੇ ਸਗੋਂ ਤੁਸੀਂ ਉਹਨੂੰ ਰੋ ਕੇ ਹੋਰ ਵੀ ਉਹਦਾ ਦਿਲ ਦੁਖੀ ਕਰ ਦਿੰਦੇ ਹੋ। ਮੇਰੀ ਗੱਲ ਸੁਣ, ਆਪਣਾ ਕਿਹੜਾ ਜੀ ਕਰਦਾ ਤੋਰਨ ਨੂੰ? ਹੁਣ ਉਹਦੀ ਐਡੀ ਜ਼ਿੰਦਗੀ ਹੈ, ਇੱਥੇ ਦੱਸ ਕਿਵੇਂ ਕੱਟੂ ਉਹ ਇਕੱਲੀ? ਚੱਲ ਕੋਈ ਨਾ, ਤੂੰ ਚਾਹ ਦੇਖ ਲੈ ਜਾਂ ਚਾਹ ਤਰ ਕੇ ਚਾਹ ਬਣਾ ਲੈ, ਚਾਹ ਬਣਾ ਲੈ। ਤਾਂ ਭਾਈ ਹੁਣ ਕਿਸੇ ਦਾ ਵੀ ਨਹੀਂ ਕਰਦਾ, ਮੇਰਾ ਕਿਹੜਾ ਲਿਜਾਣ ਨੂੰ ਜੀ ਕਰਦਾ ਸਿਰਾ, ਮਜਬੂਰੀ ਬਣ ਗਈ ਹੁਣ। ਕੀ ਕਰੀਏ ਜੀ, ਜਦੋਂ ਇਹ ਐਂ ਕਹਿ ਦਿੰਦੀ ਹੈ ਮਾਂ ਮੈਂ ਜਾਣਾ ਨਹੀਂ ਇੱਥੋਂ, ਜੀ ਤਾਂ ਮੇਰਾ ਵੀ ਨਹੀਂ ਕਰਦਾ ਤੋਰ ਨੂੰ, ਪਰ ਮੈਂ ਕਹਿੰਦੀ ਹਾਂ ਨਾ ਪੁੱਤ, ਤੈਨੂੰ ਆਪਣੇ ਘਰ ਦੇ ਹਾਲਾਤਾਂ ਦਾ ਧੀਏ ਪਤਾ, ਤੂੰ ਤਾਂ ਸਾਰਾ ਦਿਨ ਦੇਖਦੀ ਹੈ, ਤੇਰਾ ਪਿਓ ਤਾਂ ਬਿੰਦ ਦੀ ਬਿੰਦ ਆਇਆ ਹੈਗਾ। ਵੱਡੇ ਨਾਲ ਕਿਹਾ, ਸੋਚਿਆ ਸੀ ਵੀ ਚੱਲ ਦੋਵੇਂ ਭੈਣਾਂ ਬਣ ਕੇ ਰਹਿ ਜਾਣਗੀਆਂ, ਪਰ ਮਾਸੜਾ ਲਿਖੀਆਂ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਆਹ ਵੱਡੀ ਭਾਬੀ ਦੇ ਸੁਭਾਅ ਦਾ ਵੀ ਤੁਹਾਨੂੰ ਪਤਾ ਲੱਗ ਹੀ ਗਿਆ ਹੋਊ, ਐਵੇਂ ਕਿਉਂ ਇਹਦੀ ਨਿਆਣੀ ਦੀ ਜ਼ਿੰਦਗੀ ਰੋਲਣੀ ਆ। ਤਾਂ ਹੀ ਅਸੀਂ ਤੁਹਾਨੂੰ ਕਹਿਤਾ ਸੀ ਵੀ ਚੱਲ ਜਦੋਂ ਕੋਈ ਟਿਕਾਣਾ ਮਿਲ ਗਿਆ ਭਾਬੀ ਦਾ ਕਰ ਦਿਓ, ਬਹੁਤ ਵੱਡੀ ਜ਼ਿੰਦਗੀ ਹੈ, ਕੱਟਣੀ ਬਹੁਤ ਔਖੀ ਹੈ, ਇਹਦੇ ਵਿੱਚ ਅਸੀਂ ਜਮ੍ਹਾਂ ਰਾਹ ਦਾ ਰੋੜਾ ਨਹੀਂ ਬਣਦੇ। ਅਸੀਂ ਆਪ ਕਹਿੰਦੇ ਹਾਂ ਜੀ ਤੁਹਾਨੂੰ ਵੀ ਜੇ ਕਿਤੇ ਚੰਗਾ ਟਿਕਾਣਾ ਮਿਲਦਾ ਇਹਦਾ ਕਰ ਦਿਓ, ਚੱਲ ਉਹ ਜਾਣੇ ਕਰੋ। ਕੋਈ ਨਹੀਂ, ਤੁਹਾਨੂੰ ਵੀ ਔਖਾ ਲੱਗਦਾ ਨਾ ਮੈਨੂੰ ਰੱਖਣਾ, ਨਾ ਮੈਂ ਇੱਥੇ ਰਹਿਣਾ ਨਾ ਮੈਂ ਆਪਦੇ ਪੇਕੇ ਜਾਣਾ, ਮੈਂ ਲੱਭ ਲੂ ਕੋਈ ਆਪਦਾ ਥਾਂ ਟਿਕਾਣਾ, ਪਰ ਮੈਂ ਵਿਆਹ ਵੀ ਨਹੀਂ ਕਰਾ ਸਕਦੀ। ਨਹੀਂ ਪੁੱਤ, ਐਂ ਨਹੀਂ ਕਹਿੰਦੇ ਹੁੰਦੇ ਮੇਰੀ ਧੀ, ਤੂੰ ਆਪਦੇ ਟਿਕਾਣੇ ਲੱਗ ਕੋਈ ਨਾ ਪੁੱਤ, ਮੈਂ ਤੇਰੀ ਮਾਂ, ਇੱਕ ਮਾਂ ਨੂੰ ਮਿਲਣ ਆ ਜਾ ਕਰੀ। ਫਿਰ ਮਾਂ ਤੂੰ ਤਾਂ ਸਮਝ ਲੈ ਮੇਰਾ ਦੁੱਖ। ਕੋਈ ਵੀ ਜੇ ਧੀ ਬਣਾ ਕੇ ਵੀ ਤੂੰ ਧੀ ਆ ਮਾਂ ਦੀ, ਧੀਆਂ ਨੂੰ ਵੀ ਨਹੀਂ ਕੋਈ ਘਰੇ ਰੱਖਦਾ, ਮੈਨੂੰ ਕਿਹੜਾ ਮੇਰੀ ਮਾਂ ਨੇ ਘਰੇ ਰੱਖਿਆ ਸੀ, ਧੀਆਂ ਨੂੰ ਤਾਂ ਰਾਜੇ ਰਾਣੇ ਵੀ ਨਹੀਂ ਰੱਖਦੇ। ਇਹ ਤਾਂ ਨਹੀਂ ਵੀ ਅੱਜ ਤੇਰਾ ਪਿਓ ਲੈ ਜੂ, ਕੋਈ ਸਾਥੋਂ ਬਿਨਾਂ ਤੈਨੂੰ ਤੋਰ ਦੂ, ਅਸੀਂ ਤੇਰੀ ਹਰ ਖੁਸ਼ੀ ਦੇ ਨਾਲ ਖੁਸ਼ ਹਾਂਗੇ। ਤੂੰ ਖੁਸ਼ ਚਾਹੀਦੀ ਹੈ ਭਾਬੀ, ਆਹ ਤੇਰੇ ਸਿਰ 'ਤੇ ਨਾ ਚਿੱਟੀ ਚੁੰਨੀ ਨਹੀਂ ਸੋਹਣੀ ਲੱਗਦੀ, ਇਹ ਤਾਂ ਰੰਗ ਬਿਰੰਗੀਆਂ ਚੁੰਨੀਆਂ ਨਾਲ ਹੀ ਚਿਹਰਾ ਸੋਹਣਾ ਲੱਗਦਾ। ਤੇਰੀ ਉਮਰ ਬਹੁਤ ਛੋਟੀ ਹੈ ਪੁੱਤ, ਹਾਲੇ ਤੂੰ ਨਿਆਣੀ ਹੈ, ਤੂੰ ਸਮਝਦੀ ਨਹੀਂ ਇਹਨਾਂ ਗੱਲਾਂ ਨੂੰ। ਸਾਨੂੰ ਪਤਾ, ਸਾਨੂੰ ਪਤਾ ਪੁੱਤੇ ਪਹਾੜ ਜਿੱਡੀ ਜ਼ਿੰਦਗੀ ਤਾਂ ਇੱਥੋਂ ਇਕੱਲੀ ਤੋਂ ਨਹੀਂ ਟਪਾਈ ਜਾਣੀ। ਮੈਂ ਵੀ ਕਿੰਨਾ ਕੁ ਚਿਰਾਂ ਪੁੱਤ ਮੈਂ ਅੱਖਾਂ ਮੀਚ ਜੂੰ, ਇਕੱਲੀ ਕੀ ਕਰੇਂਗੀ ਹੈਂ। ਇਹੀ ਗੱਲ ਤਾਂ ਕਹਿਣਾ ਚਾਹੁੰਦੇ ਹਾਂ ਜੀ ਇਹਨੂੰ, ਹੁਣ ਆਪਣਾ ਕੀ ਪਤਾ ਕਿੰਨਾ ਕੁ ਚਿਰ ਇੱਥੇ, ਕੱਲ੍ਹ ਨੂੰ ਕਿਹਦੇ ਸਹਾਰੇ ਰਹੂਗੀ ਇਹ। ਚੱਲ ਕੋਈ ਗੱਲ ਨਹੀਂ ਮਾਸੜ ਜੀ, ਹਰ ਇੱਕ ਜ਼ਖਮ ਭਰਨ ਨੂੰ ਨਾ ਸਮਾਂ ਜ਼ਰੂਰ ਲੱਗਦਾ ਗਾ, ਹੌਲੀ ਹੌਲੀ ਭਰਦਾ ਹੁੰਦਾ ਜ਼ਖਮ, ਇੱਕ ਰੱਬ ਨੇ ਬਾਹਲੇ ਡੂੰਘੇ ਜ਼ਖਮ ਦਿੱਤੇ ਆ। ਸਮਾਂ ਤਾਂ ਲੱਗੂਗਾ ਹੀ, ਗੱਲ ਸਹੀ ਹੈ ਤੇਰੀ ਅਮਨ। ਬਸ ਮੇਰੀ ਧੀ, ਬਸ ਚੁੱਪ ਕਰ ਜਾ, ਮਾਂ ਕਿਹੜਾ ਤੋਰ ਕੇ ਰਾਜੀ ਸੀ ਕਮਲੀਏ। ਚੁੱਪ ਕਰ ਜਾ ਭਾਬੀ, ਕਾਹਨੂੰ ਦਿਲ ਦੁਖੀ ਕਰਦੀ, ਹੋਰ ਐ ਸਾਡਾ ਕਿਵੇਂ ਦਿਲ ਲੱਗੂਗਾ, ਚੁੱਪ ਹੋ ਜਾ। ਭੈਣੇ ਤੂੰ ਵੀ ਨੀ ਸੁਣੀ ਮੇਰੀ, ਸਾਰੇ ਸੁਣਦੇ ਆ, ਕੋਈ ਨੀ ਆਏ ਤੇਰੀ ਗੱਲ ਅਣਸੁਣੀ ਕਰਦਾ, ਗੱਲ ਕਰ ਕੀ ਕਰੀਏ, ਰੱਬ ਨੇ ਮਜਬੂਰੀ ਇੰਨੇ ਕਰਤੇ। ਚੁੱਪ ਕਰ ਜਾ ਭਾਬੀ ਬਣ, ਚੱਲ ਮੈਂ ਕਿਉਂ ਕਿਉਂ ਲੱਕ ਵੇਲਾ ਕਰਿਆ, ਗੱਡੀ ਖੜੀ ਹੈਗੀ। ਬਸ ਮੇਰੀ ਧੀ, ਬਸ ਰੋ ਨਾ, ਮਿਲਣ ਨਾ ਜਾ ਕਰੀ, ਜੋ ਤੇਰਾ ਜੀ ਕਰਿਆ ਕਰੂ ਮੈਂ ਤੈਨੂੰ ਮਿਲਿਆ ਕਰੂੰਗੀ, ਬਸ ਚੱਲ ਕਵੇਲਾ ਖਾਰ ਕਰਨਾ, 4 ਵਜ ਗਏ ਪੁੱਤ। ਮਾਂ ਬਸ ਪੁੱਤ।
ਕੀ ਕਰੀਏ ਰੱਬ ਮੂਹਰੇ ਜ਼ੋਰ ਨਹੀਂ ਚੱਲਦਾ ਧੀਏ ਨੀ ਤੁਸੀਂ ਕਿਉਂ ਧੂਆਂ ਸੱਥਰ ਪਾਇਆ ਗਾ ਕਿਸੇ ਹੋਰ ਦੀ ਵੀ ਸੁੱਖ ਮੰਗ ਲਿਆ ਕਰੋ ਕੱਲਾ ਰੋਣ ਤੇ ਲੱਕ ਧਰ ਰੱਖਿਆ ਗਾ ਵਧੀਆ ਹੋ ਗਿਆ ਬਾਗੀ ਉਹ ਨਿਕਲ ਗਈ ਮਨਹੂਸ ਕਿਸੇ ਥਾਂ ਦੀ ਭਾਬੀ ਤੈਨੂੰ ਤਾਂ ਸਾਰੇ ਮਨਹੂਸ ਲੱਗਦੇ ਸੀ ਜਿਹਦਾ ਘਰ ਉੱਜੜਿਆ ਉਹਨੂੰ ਪੁੱਛ ਕੇ ਦੇਖ ਵੀ ਉਹਦੇ ਦਿਲ ਤੇ ਕੀ ਬੀਤਦੀ ਆ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਤੀਵੀਆਂ ਤਾਂ ਮੈਂ ਲੱਖਾਂ ਦੇਖੀਆਂ ਦੁਨੀਆਂ ਤੇ ਪਰ ਤੇਰੇ ਵਰਗੀ ਨਹੀਂ ਕੋਈ ਹੋਣੀ ਮੇਰੀ ਗੱਲ ਸੁਣ ਲੈ ਅਮਨ ਤੇਰਾ ਭਰਾ ਖਾ ਗਈ ਉਹ ਜਿੱਦੇ ਉਹ ਇਸ ਘਰ ਚ ਆਈਏਗੀ ਓਦੀ ਕੱਢ ਦੇਣਾ ਸੀ ਉਹਨੂੰ ਤਾਂ ਕਲੈਣੀ ਨੂੰ ਜਿੱਦੇ ਮੁੱਕ ਗਿਆ ਸੀ ਉਹ ਦੇਖ ਕਿਵੇਂ ਕੁੱਤਿਆਂ ਵਾਂਗੂ ਭੌਂਕਦੀ ਆ ਕੱਲ ਤਾਂ ਜਮਾਨ ਬੰਦ ਕਰ ਲਿਆ ਕਰ ਕਾ ਮੈਂ ਕੀ ਕਿਹਾ ਮੈਂ ਤਾਂ ਸਹੀ ਕਿਹਾ ਹੈਗਾ ਇਹੀ ਨਹੀਂ ਮੰਨਦੀ ਆ ਤੂੰ ਹੀ ਕੱਲੀ ਸਹੀ ਬੋਲਦੀ ਆਂਗੀ ਉਹੀ ਭੌਂਕੀ ਜਾਂਦੀ ਆ ਚੱਲ ਭੈਣੇ ਆ ਜਾ ਅੰਦਰ ਆ ਜਾਵਾਂ ਇੱਕ ਤਾਂ ਦੁੱਖ ਹੈਗਾ ਇੱਕ ਨਵਾਂ ਦੁੱਖ ਹੋਰ ਖੜਾ ਕਰਦੀ ਆ ਗੱਲਾਂ ਗਾਇ ਗਾਇ ਕੇ ਆ ਜਾ ਆ ਜਾ ਹੁਣ ਹੋਰ ਵੀ ਕਿਸੇ ਦੀ ਸੁੱਖ ਮਨਾ ਲਿਆ ਕਰੋ ਨਿਮਾ ਹਾਂ ਉਰੇ ਲੰਮੀਆਂ ਤਾਣੀ ਪਈਆਂ ਭਾਂਡਿਆਂ ਦਾ ਏਡਾ ਢੇਰ ਲੱਗਿਆ ਪਿਆ ਸੀ ਮਾਂਜ ਲੈਂਦੀ ਓਹੋ ਕੁੜੇ ਮੇਰਾ ਚਿੱਤ ਜਿਹਾ ਢਿੱਲਾ ਸੀ ਵੀਰ ਮੈਥੋਂ ਅੱਜ ਮੰਜੇ ਨਹੀਂ ਹੈਗੇ ਭਾਂਡੇ ਮੈਂ ਤਾਂ ਪਏਗੀ ਅੱਛਾ ਕਿਆ ਚਿੱਤ ਨੂੰ ਕੀ ਹੋ ਗਿਆ ਰੋਟੀਆਂ ਦਾ ਚਾਰ ਖਾ ਗਈ ਉਦੋਂ ਚਿੱਤ ਠੀਕ ਸੀ ਕੁੜੇ ਹੁਣ ਢਿੱਡ ਤਾਂ ਭਰਨਾ ਹੀ ਹੈ ਹੁਣ ਤੂੰ ਮੇਰੀਆਂ ਰੋਟੀਆਂ ਵੀ ਗਿਣੇਗੀ ਮਾੜੀ ਮੋਟੀ ਬੋਲਣ ਲੱਗੀ ਸੋਚ ਵਿਚਾਰ ਕੇ ਬੋਲ ਪਿਆ ਕਰ ਕੋਈ ਨਾ ਮੈਂ ਤਾਂ ਸੋਚ ਹੀ ਰੱਖਿਆ ਨਾ ਫਿਰ ਕੰਮ ਕਰਨ ਨੂੰ ਮੈਨੂੰ ਕੱਲੀ ਨੂੰ ਰੱਖ ਰੱਖਿਆ ਕੀ ਗੱਲ ਭਾਈ ਖਾਣ ਨੂੰ ਤੁਸੀਂ ਸਾਰੇ ਕੰਮ ਕਰਨ ਨੂੰ ਮੈਂ ਚੰਗੀ ਭਲੀ ਹੈ ਕਿਧਰੇ ਤੇਰੀਆਂ ਲੱਤਾਂ ਟੁੱਟੀਆਂ ਖਾਣ ਨੂੰ ਤਾਂ ਛੇਤੀ ਖਾ ਲੈਣੀ ਹੈ ਲੈ ਦੇਖ ਲੈ ਕੇ ਖਾਣ ਨੂੰ ਸਾਰੇ ਕੁੜੇ ਨੂੜਤਾ ਟੋਟ ਰੂ ਆ ਕਿੰਨੇ ਕਾ ਖਾਣ ਨੂੰ ਬੇ ਮੁੰਡਿਆ ਉਰੇ ਆਵੇ ਉਹਦੇ ਨਾਲ ਕਰਦੀ ਆ ਗੱਲ ਜਦੋਂ ਬੋਲੂ ਵੱਡੂ ਖਾਊ ਨਾ ਢਿੱਲਾ ਮਿੱਸਾ ਦੇਖੇ ਬੰਦਾ ਲੈ ਦੇਖ ਲੈ ਭਾਈ ਇੱਥੇ ਆ ਕੇ ਮੈਨੂੰ ਤਾੜਾ ਮਾਰਨ ਲੱਗ ਗਈ ਕਿ ਭਾਂਡੇ ਮਾਂਜ ਲੈ ਲਗਰਾ ਲੱਗਿਆ ਪਿਆ ਵੀ ਤੂੰ ਮਾਂਜ ਲੈ ਸਹੀ ਕਹਿੰਦੀ ਹੈਗੀ ਤੇਰੇ ਕਿੱਥੇ ਛਾਲੇ ਨਿਕਲੇ ਨੇ ਮਾਂਜੇ ਨਹੀਂ ਆਉਂਦੇ ਲੈ ਦੇਖ ਲੈ ਤੂੰ ਵੀ ਇਹਦੇ ਮਗਰ ਲੱਗ ਗਿਆ ਤੂੰ ਵੀ ਇਹਦੀ ਬੋਲੀ ਬੋਲਣ ਲੱਗ ਗਿਆ ਹੁਣ ਪਹਿਲਾਂ ਤੁਹਾਡੇ ਮਗਰ ਹੀ ਲੱਗਿਆ ਸੀ ਸਾਨੂੰ ਕਿੰਨੇ ਕੁ ਫੁੱਲ ਪਰੋਜਦੇ ਸੀ ਅਸੀਂ ਦੋਨੇ ਜੀ ਮਾੜੇ ਬਣਾਤੇ ਸਾਰੇ ਟੱਬਰ ਨੇ ਮੈਂ ਮਰ ਜਾ ਤੂੰ ਵੀ ਹੁਣ ਐਂ ਬੋਲੇਗਾ ਢਿੱਡੋਂ ਜੰਮਿਆ ਵੀ ਚੱਲ ਉਹਨੂੰ ਤਾਂ ਮੈਂ ਬਗਾਨੀ ਕਹਿ ਦਿੰਦੀ ਹਾਂ ਵੀ ਬਗਾਨੀ ਹੈ ਮਾੜਾ ਮੋਟਾ ਦੇਖ ਲਿਆ ਕਰੋ ਮੇਰੀ ਉਮਰ ਭਾਈ ਹੁਣ ਕੰਮ ਕਰਨ ਦੀ ਨਹੀਂ ਹੈਗੀ ਮੈਥੋਂ ਨਹੀਂ ਕੰਮ ਬਣਦਾ ਮੇਰੇ ਹੱਥ ਬੰਨੇ ਆ ਤੁਹਾਡੇ ਅੱਗੇ ਖਾਣ ਦੀ ਵੀ ਉਮਰ ਨਹੀਂ ਹੈਗੀ ਫਿਰ ਖਾਇਆ ਵੀ ਨਾ ਕਰ ਇਸ ਟਾਈਮ 'ਚ ਬੰਦਾ ਚਾਰ ਚਾਰ ਲੰਗਰ ਨਹੀਂ ਖਾਂਦਾ ਹੈਗਾ ਲੈ ਦੇਖ ਲੈ ਰੋਟੀਆਂ ਗਿਣਦੀ ਹੈ ਮੇਰੀਆਂ ਸ਼ਰਮ ਨਹੀਂ ਆਉਂਦੀ ਨਾ ਗਿਣੇ ਨਾ ਕੱਲੀ ਜਮਾਨ ਲੜਾਉਣੀ ਹੁੰਦੀ ਤੈਨੂੰ ਫਿਰ ਕੰਮ ਉੱਥੋਂ ਡੱਕਾ ਨਹੀਂ ਹੁੰਦਾ ਕੱਲੀਆਂ ਬੈਬਤਾਂ ਤੂੰ ਹੋ ਰਹੀਆਂ ਮਾਂ ਹੋਰ ਮੈਂ ਬੈਬਤਾਂ ਕਰਦੀ ਆਂਗੀ ਕੋਈ ਨਾ ਵੀਰ ਸਾਦੀ ਆ ਮੈਂ ਕੁੜੀ ਨੂੰ ਤੂੰ ਫੋਨ ਲਾ ਕੇ ਦਿਖਾਈ ਕੁੜੀ ਨੂੰ ਜੇ ਨਾ ਲੱਤਾਂ ਤੋੜੀਆਂ ਮੈਂ ਨਾ ਘਰੇ ਪੈਰ ਉਹ ਕਰੇ ਕੀ ਗੱਲ ਵੀਰ ਅੱਧ ਦੀ ਮਾਲਕ ਹੈ ਕਿਹੜਾ ਅੱਧ ਕਿਹੜਾ ਹਿੱਸਾ ਦੱਸੀ ਕੀ ਗੱਲ ਹੁਣ ਆ ਨਹੀਂ ਸਕਦੀ ਉਹ ਸਾਰੀ ਜ਼ਮੀਨ ਤਾਂ ਸਾਡੇ ਨਾਂ ਗਈ ਚੁੱਪ ਕਰਕੇ ਰੋਟੀਆਂ ਖਾ ਲੈ ਜੇ ਖਾਣੀਆਂ ਤੇ ਆਪ ਉਹਨਾਂ ਕੰਮ ਕਰਿਆ ਕਰ ਇੱਥੇ ਕਿਸੇ ਦਾ ਹੱਕ ਹੁੱਕ ਨਹੀਂ ਰਿਹਾ ਹੁਣ ਹਾਂ ਕੁੜੀ ਦਿਖਾਤਾ ਜੱਜ ਬਣਾ ਰੱਖੀ ਆ ਕੇ ਦਿਖਾਵੇ ਕੁੜੀ ਜੀ ਨੂੰ ਵੀ ਦੱਸਾਂਗੇ ਪਤਾ ਉਈ ਚੜਾ ਰੱਖੀਏ ਸਿਰੇ ਕੁੜੀ ਆਜੂਗੀ ਦਿਖਾਤਾ ਅਸਲੀ ਰੂਪ ਤੁਸੀਂ ਤਾਂ ਵੀਰ ਦਿਖਾਤਾ ਜਿੰਨਾ ਚਿਰ ਜ਼ਮੀਨ ਨਹੀਂ ਸੀ ਨੌਕਰਾਈ ਉਹਨਾਂ ਚਿਰ ਤਾਂ ਬੇਬੇ ਭੈਣੇ ਮਾਂ ਐਂ ਹੁੰਦੀ ਸੀ ਹੁਣ ਜਦੋਂ ਮੈਂ ਹੱਥ ਵਢਾ ਲਏ ਹੁਣ ਤੂੰ ਕੌਣ ਹੈ ਬੁੜੀਏ ਨਾ ਤੁਹਾਡੇ ਸਾਰੇ ਨਹੀਂ ਵੀਰ ਤੁਹਾਡੇ ਸਾਰੇ ਨਹੀਂ ਮੈਂ ਹੀ ਮੇਰੇ ਅਕਲ ਤੇ ਪੜਦਾ ਪੈ ਗਿਆ ਮੈਂ ਹੀ ਹੱਥ ਵਢਾ ਬੈਠੀ ਨਾ ਮਾਂ ਤੂੰ ਪੇਕਿਆਂ ਤੋਂ ਲੈ ਕੇ ਇਹ ਜ਼ਮੀਨ ਖਾਨਦਾਨੀ ਜ਼ਮੀਨ ਤੁਰੀ ਆਈ ਆ ਪਹਿਲਾਂ ਪਿਓ ਨਾ ਹੋਊਗੀ ਹੁਣ ਮੇਰੇ ਨਾਲ ਹੋਊਗੀ ਜ਼ਮੀਨ ਹੋਰ ਕੀ ਨਾ ਹੋਊਗੀ ਜ਼ਮੀਨ ਅੱਛਾ ਜੇ ਤੇਰਾ ਪਿਓ ਮੈਨੂੰ ਲਿਆ ਸੀ ਵੀਰ ਤਾਂ ਤੁਸੀਂ ਜੰਮ ਹੋਏ ਸੀਗੇ ਤੁਸੀਂ ਕੋਈ ਰੱਬ ਤੋਂ ਨਹੀਂ ਡਿੱਗੇ ਹੈਗੇ ਪਹਿਲਾਂ ਮੈਂ ਹੀ ਆਈ ਸੀ ਇਸ ਘਰ 'ਚ ਮੈਂ ਤਾਂ ਰੱਬ ਤੋਂ ਡਿੱਗਿਆ ਲੱਗਦਾ ਸੀ ਜਿਹੜੇ ਸਾਹਿਬ ਕੁੱਤੇ ਖਾਣੀ ਹੁੰਦੀ ਸੀ ਇੱਕ ਰੱਬ ਨੇ ਇੱਕ ਪੁੱਤ ਚੰਗਾ ਦਿੱਤਾ ਸੀ
ਮੇਰਾ ਉਹ ਨਾ ਮਰਦਾ, ਬਰਿੰਦਰ ਨਾ ਮਰਨਾ, ਇਦੂ ਨਾਲੋਂ ਤੂੰ ਮਰ ਜਾਂਦਾ ਕੰਜਰਾ। ਸ਼ਰਮ ਨੀ ਆਉਂਦੀ ਹੈਗੀ? ਐ ਤਾਂ ਕਿੱਥੇ ਕਹਿਣਾ ਵੀ ਕੋਈ ਨੀ, ਇੱਕ ਮੇਰਾ ਨਹੀਂ ਹੈਗਾ, ਇਹੀ ਮੇਰਾ ਪੁੱਤ ਹੈ। ਕਹਿੰਦੀ ਤੂੰ ਮਰ ਜਾਂਦੀ, ਤੂੰ ਵਿਛਾ ਲੈਂਦੀ ਫਿਰ ਕੱਲਾ ਇੱਥੇ ਖੱਫਣ। ਦੇਖਾ ਕਿਵੇਂ ਬੋਲਦੀ ਹੈਗੀ। ਵਧੀਆ, ਚੰਗੀ ਗੱਲ ਆ, ਬੋਲਣ ਤੇ ਫੇਰ ਹੀ ਪਤਾ ਲੱਗੂ ਤੈਨੂੰ। ਹਾਂ ਨੀ, ਮੈਂ ਐਂ ਕਹਿੰਦੀ ਉਹ ਮੇਰਾ ਪੁੱਤ ਚੱਜਦਾ ਸੀ, ਆ ਤੇਰੇ ਮਗਰ ਲੱਗ ਗਿਆ ਕੰਜਰ ਹੈਗਾ, ਤਾਂ ਇਹ ਵੀ ਪੁੱਤ ਹੈ, ਕਹਿਣ ਨੂੰ ਤਾਂ ਜੀ ਨਹੀਂ ਕਰਦਾ, ਪਰ ਚੱਜਦਾ ਰੱਬ ਨੇ ਖੋਲਿਆ। ਨਾ ਮੈਂ ਤਾਂ ਚੱਜਦਾ ਨਹੀਂ ਗਾ, ਮੈਂ ਤਾਂ ਉਦੇ ਦੀ ਨਹੀਂ ਚੱਜਦਾ ਜਿੱਦਾਂ ਜੰਮਿਆ ਸੀ। ਤੁਸੀਂ ਤਾਂ ਮਾਵਾਂ ਧੀ ਨੇ ਮੈਨੂੰ ਉਦੇ ਦਾ ਮਰਿਆ ਸਮਝਿਆ ਹੋਇਆ, ਇਕੱਲਾ ਉਹੀ ਚੰਗਾ ਸੀ। ਆਹ ਇੱਕ ਹੋ ਤੇਰਾ ਹੁਣ ਲਾਡਲਾ ਜਵਾਈ ਵਾਲਾ ਚੰਗਾ ਹੋ ਗਿਆ ਨਾ, 24 ਘੰਟੇ ਮੇਰਾ ਜਵਾਈ, ਮੇਰਾ ਜਵਾਈ ਹੈਗਾ ਭਾਈ ਜਵਾਈ, ਉਹ ਤਾਂ ਤੇਰੇ ਨਾਲ 100 ਗੁਣੇ ਚੰਗਾ ਹੈਗਾ, ਕੰਡਾ ਵੱਜਿਆ ਨਹੀਂ ਚੱਲਦਾ, ਮਿੰਟ 'ਚ ਫੋਨ ਕਰਦਿਆ ਹੁਣ ਆਜੂ। ਹਾਂ ਮੇਰੇ ਪੁੱਤ ਨੇ ਮਰਨਾ ਸੀ ਭਾਈ, ਬਿੱਲੀ ਦੇ ਪਾਹ ਦਾ ਸਿੱਕਾ ਟੁੱਟਣਾ ਸੀ, ਤੁਸੀਂ ਚਾਂਬੜਨਾ ਸੀ, ਇੱਥੇ ਰੰਗਮਹਿਲੇ ਹੋ ਰਹੇ ਹੋ, ਚੌੜੇ ਹੋਏ ਫਿਰਦੇ ਹੋ, ਦੋ ਹਿੱਸਿਆਂ 'ਚ ਹੋ ਗਏ, ਪੱਟ ਨਾਲ ਇਹ ਹੋ ਰਹੀ ਹੈ, ਇਹਨੂੰ ਨਹੀਂ ਸਾਹ ਆਉਂਦਾ, ਹੁਣ ਨਹੀਂ ਸੋਨੂੰ ਕੋਈ ਦਿੰਦਾ। ਅਕਲ ਤੇ ਠੀਕ ਰਹਿ, ਤੇਰੇ ਵੱਜਿਆ ਹੋਇਆਗਾ, ਜਿਹੜੇ ਜਮਾਈ ਤੂੰ ਚੰਗਾ ਕਿ ਨਹੀਂ ਉਹ ਜ਼ਮੀਨ ਦਾ ਮਾਰੀ ਤੁਰਿਆ ਫਿਰਦਾ, ਇੱਥੇ ਕੋਈ ਨਹੀਂ ਤੇਰਾ ਕੋਈ ਪੁੱਛਦਾ ਵੀ ਤੈਨੂੰ ਉਹ ਆ ਕਿਸੇ ਰੋਟੀਆਂ ਪੂਰ ਕੇ ਦੇ ਦੂਗਾ। ਹਾਂ ਜ਼ਮੀਨ ਤਾਂ ਅੱਧ ਕਰਾਤਾ ਨਾ ਉਹਦਾ, ਨਾ ਅੱਧ ਕਰਾਤਾ, ਤਾਂ ਸ਼ਰਮ ਤਾਂ ਆਉਂਦੀ ਨਹੀਂ, ਵਡਿਆ ਭਰੋ ਕੇ ਕੁੜੀ ਦੇ ਨਾਂ ਤੋਂ ਵੀ ਲਹਾ ਲਈ ਕੰਜਰ ਨੇ। ਲਾਉਣੀ ਪਈ ਆ, ਮੈਨੂੰ ਪਤਾ ਸੀ ਬਲਾ ਭਰੋ ਕੇ ਲਾਉਣੀ ਪੈਂਦੀ, ਊਂਕ ਸਿੱਧੇ ਮੱਥੇ ਦਿੰਦਾ ਨਹੀਂ ਸੀ ਜ਼ਮੀਨ, ਉਹ ਤਾਂ ਘਰ ਤੇ ਵੀ ਕਬਜ਼ਾ ਕਰਨ ਨੂੰ ਫਿਰਦਾ ਸੀ, ਤੀਜੇ ਦਿਨ ਤਾਂ ਇੱਥੇ ਚੱਕਿਆ ਇਹਦੇ ਝੋਲਾ। ਹੋਰ ਉਹ ਤਾਂ ਨੰਗ ਮਲੰਗ ਸੀਗੇ, ਉਹਨਾਂ ਦਾ ਕਿਹੜਾ ਕੋਈ ਟੁੱਕ ਪੱਕਦਾ ਗਾ, ਤੇਰੇ ਸਿਰ ਤੇ ਹੀ ਪੜਦਾ ਸੀ, ਉਹ ਤਾਂ ਸ਼ਰਮ ਨਹੀਂ ਆਉਂਦੀ। ਹੁਣ ਕਿੰਨੇ ਕੁ ਪੀਪੇ ਲੈ ਕੇ ਜਾਂਦਾ, ਜ਼ਮੀਨ ਤਾਂ ਲਹਾ ਲਈ, ਆਪਦਾ ਫਰਜ਼ ਵੀ ਪੂਰ ਹੋਣਾ। ਨਾ ਮੈਂ ਕਿਉਂ ਜਾਵਾਂ ਬਈ, ਚੰਗਾ ਤਾਂ ਉਹ ਦੂਜਾ ਸਿਹੜਾ ਮਰ ਗਿਆ, ਮੈਂ ਤਾਂ ਮਾੜਾ ਸੀ, ਮੈਂ ਪੀਪੇ ਲੈ ਕੇ ਜਾਵਾਂ? ਜਿੱਦੇ ਕੋਈ ਟਾਈਮ ਆਉ ਕੋਈ ਗੱਲ ਨਹੀਂ, ਵਗ ਜਾਾਂਗੇ। ਹੁਣ ਰੋਜ਼ ਦੱਸ, ਜਿਵੇਂ ਉਹ ਤੁਰੀ ਆਉਂਦੀ ਸੀ ਅੱਜ ਵੀ ਤੋਰ, ਰੋਜ਼ ਤੁਰ ਜਾ ਕਰੀ ਉਹਦੇ ਕੋਲੇ, ਫਿਰ ਤਾਂ ਨਹੀਂ ਜਾਈਦਾ। ਜਾਂਦੇ ਨਹੀਂ ਭਈ, ਨਾ ਅੱਜ ਹੀ ਨਾ ਕੱਲ ਜਾਈਏ, ਚਾਹੇ ਚੰਗਾ ਟਾਈਮ ਆ ਚਾਹੇ ਮਾੜਾ ਆਵੇ। ਹਾਂ ਤੂੰ ਕਾਹਨੂੰ ਜਾਣਾ ਹੈਗਾ, ਤੈਨੂੰ ਤੂੰ ਨਾ ਜਾਈ, ਮੇਰੀ ਗੱਲ ਸੁਣ ਲੈ, ਮਾਂ ਖੜੀ ਹੋ ਕੇ ਨਾ ਭਾਂਡੇ ਮਾਜ ਲੈ, ਨਹੀਂ ਫੇਰ ਨਾ ਕਹੀ, ਮੈਂ ਨਹੀਂ ਰਾਤ ਨੂੰ ਰੋਟੀ ਰਾਟੀ ਪਰੋਸ ਕੇ ਦੇਣੀ ਤੈਨੂੰ, ਕਿਤੇ ਕਹਵੇ ਕੋਈ ਨਹੀਂ ਮੈਨੂੰ ਹੱਥ ਨੇ ਫੇਰ ਥਾਲ ਪਰੋਸ ਕੇ ਆਜੂਗਾ। ਲੈ ਦੇਖ ਲੈ ਬੇਸ਼ਰਮਤੀ ਮੀ, ਹਾਂ ਬੋਲਦੀ ਹੈ, ਰੋਟੀਆਂ ਵੀ ਗਿਣਦੀ ਹੈ, ਹੁਣ ਜੇ ਭਾਂਡੇ ਮਾਂਜੇਗੀ ਤਾਂ ਰੋਟੀ ਮਿਲੂਗੀ, ਜੇ ਵੀਰ ਮੈਂ ਭਾਂਡੇ ਮਾਂਜ ਕੇ ਰੋਟੀ ਖਾਣੀ ਹੈ ਨਾ, ਤਾਂ ਮੈਂ ਗੁਰਦੁਆਰੇ ਜਾ ਕੇ ਖਾ ਲੂੰ, ਉੱਥੇ ਝਾੜੂ ਕੱਢ ਲੂੰਗੀ ਤੇ ਮੈਂ ਭਾਂਡੇ ਮਾਂਜ ਲੂੰਗੀ, ਉੱਥੇ ਕੰਮ ਕਰ ਲੂੰਗੀ। ਘਰੇ ਨਾ ਕਰੀ, ਚੰਗਾ ਗੁਰਦੁਆਰੇ ਜਾ ਕੇ ਕਰ ਲਈ, ਜੇ ਵਗ ਜਾ ਪਰ ਉੱਥੇ ਫਿਰ ਵਰਗੀ ਬੈਤਲ ਗਾਲਾਂ ਤਾਂ ਨਹੀਂ ਦੇਊਗੀ ਕੋਈ, ਉੱਥੇ ਰੱਬ ਦਾ ਨਾਂ ਤਾਂ ਲੈ ਲੂੰਗੀ ਜਾ ਕੇ। ਆ ਕੰਜਰੋ, ਹੁਣ ਰੱਬ ਦੇ ਨਾਂ ਜ਼ਿਆਦਾ ਆ ਬੇਸ਼ਰਮ, ਕਿਸੇ ਥਾਂ ਦਾ ਘਰ ਜ਼ਮੀਨ ਤੂੰ ਸਾਂਭ ਲੈ, ਮਾਂ ਨੂੰ ਗੁਰਦੁਆਰੇ ਛੱਡਿਓ, ਕਿੱਥੇ ਲਹੂ ਪੀਤਾ ਗੰਦੀ ਲਾਦ ਨੇ। ਕੋਈ ਨਾ ਫੋਨ ਤਾਂ ਕਰੂੰਗੀ ਕੁੜੀ ਨੂੰ, ਗਵਾਂਢੀਆਂ ਦੇ ਘਰੇ ਆਉਂ ਜਾ ਕੇ, ਆਏ ਨਹੀਂ ਇਹ ਸੂਤ ਆਉਂਦੇ ਸੱਦਣੀ ਤਾਂ ਮੈਨੂੰ ਪਊਗੀ ਅਮਨ। ਉਹ ਹਰਜੀਤ, ਹੁਣ ਕਾਹਦਾ ਘਰੇ ਰੌਲਾ ਪਾ ਰੱਖਿਆ ਤੁਸੀਂ, ਘਰੇ ਤੁਸੀਂ 3 ਟੋਟਰੂ ਰਹਿ ਗਏ, ਹੁਣ ਵੀ ਨਹੀਂ ਰੋਟੀ ਇਹਨੂੰ ਵਿਚਾਰੀ ਨੂੰ ਸੌਖੀ ਖਾਣ ਦਿੰਦੇ ਤੁਸੀਂ। ਮੇਰੀ ਗੱਲ ਸੁਣ ਲੈ, ਰੋਟੀ ਨੂੰ ਅਸੀਂ ਕਦੋਂ ਜਵਾਬ ਦਿੱਤਾ ਗਾ, ਕੰਮ ਨਹੀਂ ਡੱਕਾ ਤੋੜਦੀ, ਇਹਦੀਆਂ ਕਿ ਲੱਤਾਂ ਲੁੱਟੀਆਂ ਨੇ, ਕੰਮ ਕਰੇ ਖਾਵੇ ਰੋਟੀਆਂ, ਅਸੀਂ ਕਦੋਂ ਕਿਹਾ ਵੀ ਨਾ ਖਾਵੇ ਰੋਟੀਆਂ ਹੈ। ਉਹ ਸੰਗ ਮੰਨ ਲੈ ਮਾੜੀ ਮੋਟੀ, ਆਹ ਗੱਲ ਕਹਿੰਦਾ ਤੂੰ ਚੰਗਾ ਨਹੀਂ ਲੱਗਦਾ ਹੈਗਾ। ਪ੍ਰਾਹੁਣਿਆਂ ਤੂੰ ਵੀ ਸੰਗ ਮੰਨ ਲਾ, ਸਾਡੇ ਘਰੇ ਲੀਡਰੀ ਕਰਨ ਦੀ ਲੋੜ ਨਹੀਂ, ਲੀਡਰੀ ਆਪਦੇ ਘਰੇ ਕਰ ਲਿਆ ਕਰ। ਖਬਰਦਾਰ, ਜਿਹਨੂੰ ਕੁਛ ਬੋਲਿਆ ਸੰਗ ਸ਼ਰਮ ਮੰਨ ਮਾੜੀ ਮੋਟੀ, ਤੈਨੂੰ ਇਹ ਤੇਰੀ, ਤੈਨੂੰ ਤਾਂ ਬਾਹਲੀ ਸ਼ਰਮ ਹੈ ਨਾ, ਤੂੰ ਇਹ ਤੇ ਹੱਥ ਕਿਵੇਂ ਚੱਕਿਆ? ਮੈਥੋਂ ਜੁੱਤੀਆਂ ਤੂੰ ਵੀ ਨਾ ਖਾਲੀ, ਬਾਹਲੀ ਬਕਵਾਸ ਨਾ ਕਰ, ਜਦੋਂ ਤੱਕ ਤਾਂ ਤੁਹਾਡੇ ਨਾਲ ਜ਼ਮੀਨ ਨਹੀਂ ਸੀ ਉਦੋਂ ਤੱਕ ਤਾਂ ਤੂੰ ਮਾਰਦੀ ਸੀ ਮਿੱਠੀਆਂ, ਤੂੰ ਆਈਆਂ ਇਹ ਜੀ ਮਾੜੇ ਪੈੜੇ ਵਾਲੀ ਘਰੇ, ਘਰ ਦੀ ਪਛਾੜੀ ਲਿਆਤੀ, ਨਾਲੇ ਤਾਂ ਜਵਾਕ ਨੂੰ ਖਾ ਗਈ, ਨਾਲੇ ਉਹੀ ਗੱਲ ਆ ਘਰੋਂ ਕੱਢਤੀ, ਇਦੂ ਤਾਂ ਇਹਨੂੰ ਪੱਗ ਦਿੱਤੀ ਹੁੰਦੀ, ਇਹਦੀ ਤਾਂ ਉਹ ਸੇਵਾ ਕਰਦੀ, ਮਾੜੀ ਮੋਟੀ ਸੰਗ ਸ਼ਰਮ ਮੰਨ ਲਓ ਤੁਸੀਂ। ਸੇਵਾ ਨੂੰ ਬਥੇਰੀ ਸੇਵਾ ਕਰਦੇ ਆ, ਇਹਦੇ ਲੱਛਣ ਨਹੀਂ ਹੈਗੇ ਸੇਵਾ ਕਰਾਉਂਦੇ, ਕੀ ਗੱਲ ਭਾਈ, ਇਹਦੇ ਕਿਹੜੇ ਲੱਤਾਂ ਟੁੱਟੀਆਂ ਨੇ, ਬੰਦਾ ਦੁੱਖ ਦੇ ਸੁੱਖ ਦੇ ਤਾਂ ਕੰਮ ਕਰਾਈ ਸਕਦਾ? ਕੀ ਗੋਲੀ ਵੱਜੀ ਹੈ ਤੇਰੇ, ਖਾ ਖਾ ਢੱਠੇ ਵਰਗੀ ਹੁੰਦੀ ਜਾਨੀ ਹੈਗੀ, ਇਹਦੇ ਕਿਹੜਾ ਗੋਲੀ ਵੱਜੀ ਹੈ ਫਿਰ, ਇਹ ਵੀ ਢੱਠੇ ਵਰਗੀ ਹੈ, ਚੰਗੀ ਤੁਰਦੀ ਫਿਰਦੀ ਹੈ। ਭਾਬੀ ਉਹ ਦਿਨ ਦੂਰ ਨਹੀਂ, ਇਹ ਟਾਈਮ ਤੇਰੇ 'ਤੇ ਵੀ ਆਉਣਾ ਲੱਗਾ,
ਅਸੀਂ ਇਹਦੇ ਵਾਲੀਆਂ ਕਰਤੂਤਾਂ ਨਹੀਂ ਕਰਦੇ ਜਿਵੇਂ ਦੀ ਇਹ ਕਰਦੀ ਹੈ। ਇਹਦੇ ਵਾਲੇ ਕਰਤੂਤਾਂ ਤਾਂ ਕੋਈ ਕਰੇ ਵੀ ਨਾ, ਬਥੇਰਾ ਜ਼ੋਰ ਲਾਇਆ ਸੀ ਮਾਂ ਮੈਂ ਤੈਨੂੰ ਵੀ ਆਪਦੇ ਹੱਥ ਤੂੰ ਨਾ ਬਣਾ, ਇਹਨਾਂ ਦੀ ਕਰਤੂਤ ਦਾ ਜਦੋਂ ਪਹਿਲਾਂ ਪਤਾ ਸੀ, ਇਹ ਤਾਂ ਜਿਉਂਦੇ ਜੀ ਉਹੀ ਗੱਲ ਹੈ, ਉਹਨੂੰ ਜਵਾਕ ਨੂੰ ਨਹੀਂ ਜਿਉਣ ਦਿੱਤਾ ਸੀ, ਪਹਿਲਾਂ ਪਿਓ ਨੂੰ ਆ ਕੇ ਖਾ ਗਈ ਤੂੰ। ਹੋਰ ਅਸੀਂ ਖਾ ਗਏ ਕਿਉਂ, ਕੀ ਗੱਲ? ਓਏ ਹਰਜੀਤ ਤੂੰ ਤਾਂ ਸ਼ਰਮ ਕਰ ਲੈ, ਤੂੰ ਤਾਂ ਇਹਦਾ ਪੁੱਤ ਹੈ, ਚੱਲ ਇਹ ਤਾਂ ਬਗਾਨੀ ਹੈਗੀ ਹੈ ਜਿਹੜੀ ਬੋਲੀ ਜਾਂਦੀ ਹੈ। ਨਾ ਨਾ ਇਹ ਤਾਂ ਇਦੂ ਵੀ ਬੈਰੀ ਬਣਿਆ ਬੈਠਾ, ਸੰਗ ਸਰਮ ਨਹੀਂ ਮੰਨਦਾ ਭੋਰਾ, ਮਰ ਜਾ ਚੱਪਣੀ 'ਚ ਨੱਕੜ ਬੋ ਕੇ ਕੰਜਰਾ। ਉਹ ਭੈਣੇ ਤੂੰ ਵੀ ਚੁੱਪ ਕਰ ਜਾ, ਮੈਨੂੰ ਤੂੰ ਵੀ ਨਹੀਂ ਭਰਾ ਮੰਨਿਆ, ਭਰਾ ਤਾਂ ਤੂੰ ਉਸੇ ਨੂੰ ਮੰਨਦੀ ਰਹੀ ਆ। ਉਹ ਤਾਂ ਹੈਗਾ ਸੀ, ਜਿਹੜਾ ਚੰਗਾ ਹੋਊ ਉਹਨੂੰ ਤਾਂ ਕਿਹਾ ਜਾਊਗਾ, ਹੁਣ ਤਾਂ ਮਰੇ ਨੂੰ ਵੀ ਅੱਜ ਅਸੀਂ ਯਾਦ ਕਰਦੇ ਹਾਂ। ਓਏ ਕਿਉਂ ਨਹੀਂ ਭਰਾ ਮੰਨਿਆ, ਤੇਰੇ ਦਿਮਾਗ ਦੇ ਵਿੱਚ ਗਲਤ ਫਹਿਮੀ ਹੈ ਇਹ। ਮੇਰੀ ਗੱਲ ਸੁਣ ਲੈ, ਜਾਂ ਤਾਂ ਆਪਦੀ ਭੈਣ ਜੀ ਨੂੰ ਕੱਢ ਦੇ ਘਰੋਂ ਬਾਹਰ, ਨਹੀਂ ਫਿਰ ਮੈਂ ਵਗ ਜੂ ਪੇਕੇ। ਜੇ ਜਾਨੀ ਹੈ 40 ਵਾਰੀ ਵਗ ਜਾ ਮੇਰਾ ਘਰ, ਤੂੰ ਕਿਵੇਂ ਕੱਢ ਲੇਂਗੀ ਮੈਨੂੰ, ਸਾਲੀ ਲੱਗਦੀ ਹੈ ਤੂੰ, ਤੇ ਤੂੰ ਕਿ ਸਾਲੀ ਲੱਗਦੀ ਹੈ ਫਿਰ ਘਰ ਦੀ। ਪੁੱਤ ਮੇਰੀ ਗੱਲ ਸੁਣ, ਉਹ ਵੇਲੇ ਨੂੰ ਤਾਂ ਮੈਂ ਪਛਤਾਉਣੀ ਆ ਜਦੋਂ ਮੈਂ ਆਪਦੇ ਹੱਥ ਵਢਾ ਬੈਠੀ, ਉਦੋਂ ਤਾਂ ਇਹ ਪੁੱਤ ਮਿੱਠੇ ਪਿਆਰੇ ਹੋ ਗਏ ਮੈਨੂੰ, ਥਾਲ 'ਚ ਰੋਟੀ ਆਇਆ ਕਰੇ, ਮਾਂ ਬੇਬੇ ਇੱਕ ਇੱਧਰ ਬਹਿ ਜਾ ਕਰੇ, ਇੱਕ ਇੱਧਰ ਬਹਿ ਜਾ ਕਰੇ, ਮਾਂ ਮਾੜਾ ਜਿਹਾ ਤਹਿਸੀਲ 'ਚ ਜਾਣਾ ਸੀ, ਮਾਂ ਮਾੜਾ ਜਿਹਾ ਕਚਹਿਰੀਆਂ 'ਚ ਜਾਣਾ ਸੀ। ਤੇਰੇ ਬਥੇਰੇ ਪੈਰੀ ਹੱਥ ਲਾਏ ਸੀ ਮੈਂ ਵੀ ਇਹ ਗਿਰਗਟਾਂ ਨੇ, ਇਹ ਗਿਰਗਟਾਂ ਨੇ ਨਾ ਇਹਨਾਂ ਦੇ ਹੱਥੀਂ ਚੜ੍ਹੀ, ਪਰ ਤੂੰ ਮੇਰੀ ਇੱਕ ਨਹੀਂ ਸੁਣੀ, ਨਹੀਂ ਪੁੱਤ ਇਹਨਾਂ ਦੇ ਹੀ ਹੈ, ਇਹਨਾਂ ਦੇ ਹੀ ਹੈ, ਮੈਨੂੰ ਪਤਾ ਨਹੀਂ ਸੀ ਪੁੱਤ ਵੀ ਆਹ ਦਿਨ ਦੇਖਣੇ ਪੈਣਗੇ, ਹੁਣ ਤਾਂ ਮੈਨੂੰ ਦੋਵੇਂ ਜੀ ਐਂ ਕਹਿੰਦੇ ਨੇ ਜੇ ਟੁੱਕ ਖਾਣਾ ਹੈ ਤਾਂ ਹਉ ਪਏ ਨੇ ਭਾਂਡੇ ਮਾਂਜ ਲੈ। ਬੀਬੀ ਕੋਈ ਤੂੰ ਫਿਕਰ ਨਾ ਕਰ, ਜੇ ਤੈਨੂੰ ਇਹ ਰੋਟੀ ਨਹੀਂ ਦਿੰਦੇ ਨਾ, ਤੇਰਾ ਆਹ ਪੁੱਤ ਜਿਉਂਦਾ ਹੈਗਾ, ਤੂੰ ਸਾਡੇ ਨਾਲ ਚੱਲ, ਤੈਨੂੰ ਕੋਈ ਲੋੜ ਨਹੀਂ ਕਿਸੇ ਦੀਆਂ ਮਿੰਨਤਾਂ ਕਰਨ ਦੀ। ਹਾਂ ਆਪਦੇ ਪੁੱਤ ਤਾਂ ਬਗਾਨੇ ਹੋ ਗਏ, ਹੁਣ ਜਿਹੜੇ ਬਗਾਨੇ ਨੇ ਉਹ ਪੁੱਤ ਬਣਨਗੇ, ਪਤਾ ਹੀ ਹੈ ਕਿੰਨੇ ਕੁ ਦਿਨ ਪੁੱਤ ਬਣੋਗੇ। ਤੂੰ ਚੁੱਪ ਕਰ ਜਾ, ਤੂੰ ਇਹਨੂੰ ਚੁੱਪ ਕਰਾਉਣਾ ਜਾ ਫਿਰ ਮੈਂ ਕਰਾਵਾਂ। ਪੁੱਤ ਮੈਨੂੰ ਦੁਖਦੇ ਸੁਖਦੇ ਵੀ ਗੋਲੀ ਵੱਟੀ ਨਹੀਂ ਦਵਾਉਂਦੇ ਹੈਗੇ ਕੋਈ, ਮੈਂ ਪਈ ਬਿਲਕੀ ਜਾਨੀ ਆਂਗੀ। ਕਰ ਲੈ ਜਿੰਨੇ ਡਰਾਮੇ ਕਰਨੇ ਨੇ ਚੰਗਾ, ਹੋਰ ਤਾਂ ਤੈਨੂੰ ਬਾਹਰੋਂ ਆ ਕੇ ਫਿਰ ਗੋਲੀ ਵੱਟੀ ਦੇ ਜਾਂਦੇ ਨੇਗੇ। ਉਹ ਸੰਗ ਸਰਮ ਮੰਨ ਲੈ, ਕਰਾ ਦੇ ਦੀ ਲਗਾਮ ਚੁੱਪ। ਕੋਈ ਨਾ ਪੁੱਤ, ਜੇ ਜਵਾਨ ਕੇ ਬਾਲ ਕਿੱਡੇ ਕਿੱਡੇ ਕੁ ਨੇ, ਅੱਗੇ ਅੱਗੇ ਆਉਣਗੇ, ਇਹਨਾਂ ਦੇ ਧੀਆਂ ਪੁੱਤ ਵੀ ਹੋਏ ਜਵਾਨ। ਕੋਈ ਨਾ ਪੁੱਤ, ਇਹਨਾਂ ਨਾਲ ਤਾਂ ਇਦੂ ਵੀ ਮਾੜੀ ਬਣੂਗੀ ਜਿਵੇਂ ਇਹ ਮੇਰੇ ਨਾਲ ਕਰਦੇ ਨੇ ਨਾ। ਮੇਰੀ ਗੱਲ ਸੁਣ ਲੈ, ਬਾਲਾ ਇੱਥੇ ਬੋਲਣ ਦੀ ਲੋੜ ਨਹੀਂ, ਜੇ ਤੈਨੂੰ ਐਡੀ ਤੇਰੀ ਮਾਂ ਦੀ ਫਿਕਰ ਹੈ ਨਾ, ਆਪਦੇ ਕੋਲ ਲੈ ਜਾ। ਪਰ ਹੁਣ ਤੂੰ ਕਿੱਥੇ ਲਿਜਾਏਂਗੀ, ਪਹਿਲਾਂ ਤਾਂ ਜ਼ਮੀਨ ਸੀ ਤੇਰੇ ਨਾਲ, ਤਾਂ ਮਾਂ ਨਾਲ ਜ਼ਮੀਨ ਸੀਗੀ ਤਾਂ ਰਹਿੰਦੀ ਸੀ ਉਰੇ ਮਾਂ ਮਾਂ ਕਰਦੀ, ਹੁਣ ਥੋੜ੍ਹੀ ਮਾਂ ਨੂੰ ਲਿਜਾਏਂਗੀ। ਮੈਂ ਤਾਂ ਕੋਈ ਨਹੀਂ ਲੈ ਜੂੰਗੀ, ਤੇਰੇ ਪੈ ਜੇ ਕਾਲ ਜੇ ਠੰਡ, ਨਾਲੇ ਇਹਦੇ ਪੈ ਜੇ। ਮਾਂ ਤੈਂ ਮੈਨੂੰ ਇੱਕ ਗੱਲ ਆਖੀ ਸੀ, ਯਾਦ ਆ ਤੇਰੇ ਜਦੋਂ ਮੈਂ ਵਰਿੰਦਰ ਬਾਈ ਨੂੰ ਯਾਦ ਕਰਦੀ ਹੁੰਦੀ ਸੀ ਨਾ, ਤੂੰ ਮੈਨੂੰ ਕਿਹਾ ਸੀ ਪੁੱਤ ਤੇਰੇ ਵੀਰ ਨੂੰ ਇੰਨਾ ਯਾਦ ਨਾ ਕਰਿਆ ਕਰ, ਮਰੇ ਕਿਸੇ ਦੇ ਸਕੇ ਨਹੀਂ ਹੁੰਦੇ। ਪਰ ਮਾਂ ਉਹ ਗੱਲ ਗਲਤ ਸੀ, ਇੱਥੇ ਜਿਉਂਦੇ ਕਿਸੇ ਦੇ ਸਕੇ ਨਹੀਂ ਹੈਗੇ, ਮਰਿਆ ਤਾਂ ਜਦੋਂ ਵੀ ਮੈਨੂੰ ਸੁਪਨੇ 'ਚ ਦਿਖਾਈ ਦਿੰਦਾ, ਅਸੀਸਾਂ ਹੀ ਦੇਖ ਕੇ ਜਾਂਦਾ, ਖੁਸ਼ੀਆਂ ਹੀ ਦੇਖ ਕੇ ਜਾਂਦਾ, ਇੱਕ ਆ ਜਿਉਂਦੇ ਜੀ ਮਰ ਗਿਆ। ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜਿਉਂਦੇ ਭੂਤ ਨੇ, ਮਰੇ ਨਹੀਂ ਕਿਸੇ ਨੂੰ ਕੁਛ ਕਹਿੰਦੇ। ਅੱਗੇ ਲੋਕ ਕਹਿੰਦੇ ਸੀ ਵੀ ਮਰੇ ਭੂਤ ਚਿੰਬੜਦੇ ਨੇ, ਪਰ ਇੱਥੇ ਜਿਉਂਦੇ ਭੂਤ ਚਿੰਬੜਦੇ ਆ। ਚੱਲ ਮੇਰੀ ਮਾਂ ਤੂੰ ਰੋਟੀ ਤੋਂ ਨਹੀਂ ਡਿੱਗੀ, ਜੇ ਇਹ ਕਪੁੱਤ ਬਣ ਗਿਆ ਨਾ, ਆਹ ਤੇਰੀ ਧੀ ਹੈਗੀ ਆ, ਚੱਲ ਮਾਂ ਪਾ ਚੱਪਲਾਂ ਆਪਾਂ ਚੱਲੀਏ। ਸਹੀ ਗੱਲ ਹੈ ਮਾਂ, ਹੋ ਖੜੀ ਤੂੰ। ਮਾਂ ਜਾਣਾ ਨਹੀਂ ਕਿਤੇ ਤੂੰ, ਭੈਣੇ ਮੇਰੇ ਤੋਂ ਗਲਤੀ ਹੋ ਗਈ, ਆਹ ਲੁੱਤੀਆਂ ਲਾਉਂਦੀ ਰਹੀ ਆ ਮੇਰੇ, ਮੈਨੂੰ ਨਹੀਂ ਪਤਾ ਸੀਗਾ ਵੀ ਆਹ ਗੱਲ ਇੱਥੇ ਤੱਕ ਪਹੁੰਚ ਜੂਗੀ। ਕੋਈ ਨਹੀਂ ਬਾਈ, ਇਹ ਤੇਰੇ ਸਾਰੇ ਦੀ ਗੱਲ ਨਹੀਂ, ਦੁਨੀਆਂ ਦੇ ਹਰ ਇੱਕ ਪੁੱਤ ਨੂੰ ਬਸ ਤੀਵੀਆਂ ਹੀ ਲੁੱਤੀਆਂ ਲਾਉਂਦੀਆਂ ਨੇ, ਪਰ ਆਪ ਨਹੀਂ ਸੋਚਦੇ ਵੀ ਜਿਹਨੇ ਸਾਨੂੰ ਪਾਲ ਪਲੋਸ ਕੇ ਐਡਾ ਕੀਤਾ, ਅਸੀਂ ਉਹਦਾ ਦੇਣ ਨਾ ਜ਼ਿੰਦਗੀ ਭਰ ਨਹੀਂ ਦੇ ਸਕਦੇ। ਚੱਲ ਮਾਂ ਹੋ ਖੜੀ ਆਪਾਂ ਚੱਲੀਏ। ਨਹੀਂ ਮਾਂ ਜਾਣਾ ਨਹੀਂ ਭੈਣੇ, ਹੱਥ ਬਣਾ ਮੇਥੋਂ ਗਲਤੀ ਹੋ ਗਈ, ਜਿੰਨਾ ਕਸੂਰ ਇਹਦਾ ਸਾਰਾ ਮੈਨੂੰ ਨਹੀਂ ਪਤਾ ਲੱਗਿਆ ਕਿਵੇਂ ਮੇਥੋਂ ਇੰਨਾ ਕੁਛ ਬੋਲਿਆ ਗਿਆ ਮਾਂ ਨੂੰ। ਕੋਈ ਨਾ ਪੁੱਤ, ਕੱਲ੍ਹ ਨੂੰ ਤੇਰੇ ਨਾਲੇ ਫੇਰ ਕਲੇਸ਼ ਕਰੂੰ, ਮੈਂ ਆਪਦੀ ਧੀ ਨਾਲ ਵਗ ਹੀ ਜਾਂਦੀ ਹਾਂ।
ਨਹੀਂ ਮਾਂ ਮੈਂ ਕੁਛ ਮਰਜ਼ੀ ਕਰਾ ਲਾ, ਪੈਰੀ ਹੱਥ ਲਵਾ ਲਾ, ਮੈਂ ਨਹੀਂ ਤੈਨੂੰ ਜਾਣਦਾ, ਨਹੀਂ ਕਲੇਸ਼ ਕਰਦੇ। ਇਦੂ ਬਾਅਦ ਮੰਨ ਜਾ ਕਹਿ ਦੇ ਮਾਂ। ਚੱਲ ਕੋਈ ਨਾ ਮਾਂ, ਹੁਣ ਜਦੋਂ ਤੇਰਾ ਪੁੱਤ ਕਹੀ ਜਾਂਦਾ ਨਾ ਜਾ, ਕੋਈ ਗੱਲ ਨਹੀਂ, ਗਲਤੀ ਹੋ ਗਈ ਸਾਡੇ ਤੋਂ, ਹੁਣ ਨਹੀਂ ਕੁਛ ਵੀ ਕਹਿੰਦੇ, ਬਸ ਤੈਨੂੰ ਬੈਠੀ ਨੂੰ ਰੋਟੀ ਪਾਣੀ ਦੇਵਾਂਗੇ। ਪੁੱਤ ਮੈਂ ਇੱਥੋਂ, ਪੁੱਤ ਮੈਂ ਇੱਥੋਂ ਭਾਂਡੇ ਨਹੀਂ ਮਾਂਜੇ ਜਾਂਦੇ, ਮੈਂ ਇੱਥੋਂ ਹੁਣ ਸੰਭਰਿਆ ਨਹੀਂ ਜਾਂਦਾ ਰੁੜ ਕੇ। ਕੱਲ੍ਹ ਨੂੰ ਤੂੰ ਐਂ ਆਖੇ ਆਹ ਕੰਮ ਕਰ ਆਹ ਕੰਮ, ਮੈਂ ਇੱਥੋਂ ਨਹੀਂ ਕੰਮ ਹੁੰਦਾ। ਅੱਜ ਸੋਚ ਲਓ ਕਰੀ, ਦੂਜਾ ਮੈਂ ਮੰਜੇ 'ਤੇ ਬੈਠੀ ਰਹੀ, ਮੈਂ ਰੋਟੀਆਂ ਤੈਨੂੰ ਦਿਉਂਦਾ ਲਾ ਆਪੇ। ਸਹੀ ਗੱਲ ਆ ਭੈਣ ਦੀ, ਭੈਣ ਸਹੀ ਕਹਿੰਦੀ, ਅਸੀਂ ਜਿਉਂਦੇ ਜੀ ਭੂਤਾਂਗੇ। ਚੱਲ ਮਾਂ ਕੋਈ ਨਹੀਂ, ਇਹ ਤਾਂ ਸੁਧਰ ਗਿਆ। ਹਾਂਜੀ, ਸਾਰਿਆਂ ਨੂੰ ਅਸੀਂ ਇਸ ਵੀਡੀਓ ਰਾਹੀਂ ਇਹੀ ਮੈਸੇਜ ਦੇਣਾ ਚਾਹਿਆ ਵੀ ਅੱਗੇ ਲੋਕ ਆਪਾਂ ਨੂੰ ਇੱਕ ਗੱਲ ਕਹਿੰਦੇ ਹੁੰਦੇ ਆਪਣੇ ਮਾਂ ਪਿਓ ਵੀ ਪੁੱਤ ਜਦੋਂ ਕੋਈ ਬੰਦਾ ਮਰ ਜਾਂਦਾ ਉਹ ਕਿਸੇ ਦਾ ਸਕਾ ਨਹੀਂ ਰਹਿੰਦਾ ਹੁੰਦਾ, ਪਰ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜਿਉਂਦੇ ਜੀ ਕਿਸੇ ਦੇ ਸਕੇ ਨਹੀਂ ਹੈਗੇ, ਮਰੇ ਤਾਂ ਫਿਰ ਵੀ ਭੂਤ ਬਣ ਕੇ ਕਿਸੇ ਨਾ ਕਿਸੇ ਪਾਸੇ ਵਗ ਜਾਂਦੇ ਆ, ਪਰ ਜਿਹੜੇ ਜਿਉਂਦੇ ਭੂਤ ਬਣ ਜਾਂਦੇ ਆ ਉਹਨਾਂ ਤੋਂ ਨਾ ਜ਼ਿੰਦਗੀ ਕੱਢਣੀ ਬਹੁਤ ਔਖੀ ਹੋ ਜਾਂਦੀ ਹੈ। ਇਹ ਮੇਰੇ ਭਰਾ ਨਾਲ ਦੇ ਬਹੁਤ ਭਰਾ ਇਹੋ ਜਿਹੇ ਆ ਜਿਹੜੇ ਭੈਣਾਂ ਨੂੰ ਮਾਵਾਂ ਨੂੰ ਧੱਕੇ ਦੇ ਦੇ ਕੱਢ ਦਿੰਦੇ ਨੇ। ਉਹਨਾਂ ਵੀਰਾਂ ਅੱਗੇ ਬੇਨਤੀ ਆ, ਉਹਨਾਂ ਭੈਣਾਂ ਅੱਗੇ ਬੇਨਤੀ ਆ ਵੀ ਆਪਦੇ ਮਾਂ ਪਿਓ ਦੀ ਇੱਜ਼ਤ ਕਰਿਆ ਕਰੋ। ਬਾਕੀ ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ, ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ। ਧੰਨਵਾਦ, ਸਤਿ ਸ਼੍ਰੀ ਅਕਾਲ।